ਵਿਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸੇਖੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਔਰ ਉੱਗੇ ਸਮੀਖਿਆਕਾਰ, ਇਹਨਾਂ ਦੇ ਨਾਲ ਉੱਗੇ ਜਰਨਲਿਸਟ ਔਰ ਸੰਪਾਦਕ ਪੰਜਾਬ ਟੈਲੀਵਿਜ਼ਨ ਸਰਦਾਰ ਹਮੀਰ ਸਿੰਘ ਜੀ, ਮੈਂ ਜੀ ਆਇਆ। ਸ਼ੁਕਰੀਆ ਜੀ। ਅੱਜ ਪੰਜਾਬ ਦੀਆਂ ਦੋ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਵੱਡੇ ਘਟਨਾਕ੍ਰਮ ਵਾਪਰ ਰਹੇ ਸੀਗੇ। ਇੱਕ ਪਾਸੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਆਏ ਸੀ ਪਟਿਆਲੇ ਦੇ ਵਿੱਚ, ਰਿਆਸਤੀ ਸ਼ਹਿਰ ਦੇ ਵਿੱਚ, ਔਰ ਦੂਜੇ ਬੰਨੇ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੀਗੇ। ਹੁਣ ਇਹਨਾਂ ਦੋਨਾਂ ਦੇ ਬਹੁਤ ਵੱਡੇ ਅਰਥ ਇਸ ਕਰਕੇ ਨੇ ਕਿ ਜੇ ਪਟਿਆਲੇ ਵੱਲ ਝਾਤੀ ਮਾਰਦੇ ਹਾਂ ਤੇ ਆਮ ਤੌਰ ਤੇ ਮੰਨਿਆ ਜਾਂਦਾ ਕਿ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਅਕਸਰ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੀ ਡੋਰ ਹੋਰ ਹਿੱਲਦੀ ਕਿਤਿਓਂ, ਤੇ ਜਿਹੜੇ ਪੰਜਾਬ ਵਾਲੇ ਹੁੰਦੇ ਭਾਵੇਂ ਮੁੱਖ ਮੰਤਰੀ ਹੀ ਹੋਣ, ਉਹਨਾਂ ਕੋਲ ਬਹੁਤੀ ਪਾਵਰ ਨਹੀਂ ਹੁੰਦੀ। ਸੋ ਆਪਾਂ ਇਸ ਗੱਲ ਤੇ ਤਾਂ ਬਾਅਦ ਚ ਜਾਣੇ ਆ ਕਿ ਸਰਕਾਰ ਦੀ ਵਰਕਿੰਗ ਕਿਵੇਂ ਦੀ ਆ। ਅੱਜ ਉਹਨਾਂ ਨੇ ਜਿਹੜੇ ਮਾਤਾ ਕੁਸ਼ਲਿਆ ਦੇਵੀ ਦੇ ਨਾਂ ਦੇ ਉੱਤੇ ਹਸਪੀਟਲ ਨਵੀਆਂ ਸੇਵਾਵਾਂ ਪੇਸ਼ ਕੀਤੀਆਂ, ਇਹਦੇ ਉੱਤੇ ਤਾਂ ਫਿਰ ਜਾਣੇ ਗਰੰਟੀਆਂ ਦਾ ਜ਼ਿਕਰ, ਲੇਕਿਨ ਸਭ ਤੋਂ ਅਹਿਮ ਸਵਾਲ ਹੈ ਪਾਵਰ ਦਾ ਅਸਾਵਾਂਪਣ ਜਾਂ ਸਾਵਾਂਪਣ। ਅੱਜ ਜੋ ਨਜ਼ਰ ਆਇਆ ਕਿ ਭਗਵੰਤ ਮਾਨ ਦਾ ਔਰਾ ਅੱਗੇ ਨਾਲੋਂ ਜ਼ਿਆਦਾ ਅਹਿਮ ਹੋ ਗਿਆ, ਪਾਵਰ ਦੇ ਵਿੱਚ ਭਗਵੰਤ ਮਾਨ ਜ਼ਿਆਦਾ ਅਹਿਮ ਮੰਨੇ ਜਾ ਰਹੇ ਨੇ, ਹੁਣ ਉਹ ਕੇਜਰੀਵਾਲ ਦੇ ਨਾਲ ਕਦਮ ਚਾਲ ਮਿਲਾਉਂਦੇ ਨੇ, ਉਹਨਾਂ ਦੀ ਆਪਣੀ ਮੜਕ ਘਟੀ ਨਹੀਂ ਹੈ, ਅੱਗੇ ਨਾਲੋਂ ਉਹ ਅਸਰ ਅੰਦਾਜ਼ ਵੱਧ ਹੋਏ ਆ ਕਿ ਨਹੀਂ? ਅੱਜ ਅਸੀਂ ਦੇਖਿਆ ਕਿ ਦਿੱਲੀ ਤੋਂ ਦੋ ਹੋਰ ਵੱਡੇ ਆਗੂ ਜਿਹੜੇ ਅਕਸਰ ਪੰਜਾਬ ਦੀ ਪਾਵਰ ਦੇ ਵਿੱਚ ਹਿੱਸੇਦਾਰ ਮੰਨੇ ਜਾਂਦੇ ਰਹੇ ਆ, ਖਾਸ ਤੌਰ ਤੇ ਰਾਘਵ ਚੱਡਾ ਔਰ ਸੰਦੀਪ ਪਾਠਕ, ਉਹ ਦੋਵੇਂ ਵੀ ਸੀਗੇ। ਰਾਘਵ ਚੱਡਾ ਥੋੜੇ ਪਿੱਛੇ ਨਜ਼ਰ ਆਉਂਦੇ ਨੇ, ਔਰ ਸਟੇਜ ਤੋਂ ਜਾਂ ਉਦਘਾਟਨ ਸਮੇਂ ਜਾਂ ਦਰਮਿਆਨ ਦੇ ਵਿੱਚ ਜਿਹੜੀ ਪੈੜ ਚਾਲ ਹੁੰਦੀ ਆ ਉਹਦੇ ਵਿੱਚ ਭਗਵੰਤ ਮਾਨ ਜ਼ਿਆਦਾ ਪ੍ਰਭਾਵੀ ਹੋ ਕੇ ਨਿਕਲਦੇ ਦਿਸਦੇ ਆ। ਸ਼ਾਇਦ ਪਿਛਲੇ ਦਿਨਾਂ ਦੇ ਵਿੱਚ ਪਾਵਰ ਦੇ ਵਿੱਚ ਜੋ ਅੰਦਰ ਟਸਲ ਚੱਲਦੀ ਰਹੀ ਆ ਉਹਦੇ ਵਿੱਚੋਂ ਡੋਮੀਨੇਟ ਕਰ ਗਏ ਨੇ ਸਾਡੇ ਮੁੱਖ ਮੰਤਰੀ। ਸੋ ਇਹਦੇ ਅਸਰ ਕੀ ਹੋਣ ਵਾਲੇ ਨੇ ਆਉਂਦੇ ਦਿਨਾਂ ਦੇ ਵਿੱਚ? ਜਿੰਨੀ ਵੱਡੀ ਤੁਹਾਡੀ ਹਸਤੀ ਉਨੇ ਵੱਡੇ ਨਤੀਜੇ ਦੇਣੇ ਪੈਂਦੇ ਨੇ, ਔਰ ਜਿਵੇਂ ਮੰਤਰੀ ਔਰ MLA ਉਹਨਾਂ ਦੇ ਉੱਤੇ ਭਗਵੰਤ ਮਾਨ ਦਾ ਅਸਰ ਵਧਿਆ, ਜਿਹੜੇ ਪਹਿਲਾਂ ਸਾਰਾ ਦਿੱਲੀ ਵੱਲ ਹੀ ਭੱਜਦੇ ਸੀ ਅਫਸਰਸ਼ਾਹੀ ਸਾਰੀ। ਸੋ ਇਹਦੇ ਉੱਤੇ ਜਾਣੇ ਆ। ਤੇ ਦੂਜਾ ਮਾਮਲਾ ਕਿ ਜੇ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਦੀ ਵਿਜਿਟ ਨੂੰ ਦੇਖਿਆ ਜਾਵੇ, ਇਹਦੇ ਨਿੱਜੀ ਅਰਥ ਕੀ ਹੋ ਸਕਦੇ ਆ? ਅਰਥ ਕੱਢਣੇ ਨਹੀਂ ਚਾਹੀਦੇ। ਕੋਈ ਗੁਰੂ ਘਰ ਆਇਆ ਤੇ ਉਹ ਆਪਣੀ ਸ਼ਰਧਾ ਨਾਲ ਆਇਆ, ਆਸਥਾ ਨਾਲ ਆਇਆ। ਸੋ ਇਹਨੂੰ ਸਾਰੇ ਨੂੰ ਸੰਦਰਭ ਦੇ ਨਜ਼ਰੀਏ ਤੋਂ ਦੇਖਣ ਦਾ ਯਤਨ ਕਰਦੇ ਆ। ਸਭ ਤੋਂ ਪਹਿਲਾਂ ਪ੍ਰੋਫੈਸਰ ਸੇਖੋਂ ਸਾਹਿਬ ਤੁਹਾਡੇ ਤੋਂ ਚੱਲਦੇ ਆ, ਤੁਸੀਂ ਦਿੱਲੀ ਦੀ ਜਿਹੜੀ ਇੱਕ ਅਲੀਟ ਹੈ, ਦਿੱਲੀ ਦੇ ਵਿੱਚ ਆਮ ਤੌਰ ਤੇ ਉਹ ਗਾਂਧੀ ਪਰਿਵਾਰ ਹੋਵੇ, BJP ਦੀ ਹਾਈਕਮਾਂਡ ਹੋਵੇ, ਜਾਂ ਹੁਣ ਨਵੀਂ ਕੇਜਰੀਵਾਲ ਸਾਹਿਬ, ਪੰਜਾਬ ਵਿੱਚ ਪ੍ਰਭਾਵੀ ਉਹੀ ਹੁੰਦੇ ਨੇ ਜਿਹੜੇ ਹਾਈਕਮਾਂਡ ਹੁੰਦੇ ਨੇ, ਪਰ ਪਹਿਲੀ ਵਾਰੀ ਭਗਵੰਤ ਮਾਨ ਥੋੜਾ ਵੱਡੇ ਔਰੇ ਨਾਲ ਪੇਸ਼ ਹੋ ਰਹੇ ਆ, ਇਹਦੇ ਅਰਥ ਕੀ ਲਈਏ? ਇਹ ਸਦੀਵੀ ਅਰਥ ਲਈਏ, ਇਹ ਡੋਮੀਨੇਸ਼ਨ ਦੀ ਰਾਜਨੀਤੀ ਆ, ਜਾਂ ਇਹ ਵਕਤੀ ਆ ਔਰ ਇਹਦੇ ਨੁਕਸਾਨ ਵੀ ਹੋ ਜਾਂਦੇ ਆ, ਕਿਵੇਂ ਲਈਏ? ਪਹਿਲੀ ਗੱਲ ਤਾਂ ਇਹ ਹੈਗੀ ਆ ਜੀ, ਜੇ ਆਪਾਂ ਜਿਹੜੀ ਤੁਸੀਂ ਵੱਡਾ ਸਵਾਲ ਤੁਹਾਡਾ ਹੈਗਾ ਕਿ ਜੇ ਜਿਹੜੀ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦਾ ਜਿਹੜਾ ਬੇਸ ਕਿਹਾ ਜਾਵੇ ਕਿ ਜਿਹਨੇ ਇਹਨੂੰ ਨੈਸ਼ਨਲ ਪਾਰਟੀ ਤੱਕ ਪਹੁੰਚਾਇਆ ਹੈ ਜਾਂ ਜਿਹਨੇ ਇਹਦਾ ਖਾਸ ਕਰਕੇ ਮੁੱਢ ਬੰਨਿਆ, ਉਹ ਹੈ ਤਾਂ ਪੰਜਾਬ ਹੀ ਆ। ਜਿਹੜੀ ਤੁਸੀਂ ਗੱਲ ਕੀਤੀ ਆ ਭਗਵੰਤ ਮਾਨ ਹੋਣਾ ਦੀ, ਜਿਹੜੀ ਅੱਜ ਦੇ ਫੰਕਸ਼ਨ ਦੇ ਵਿੱਚ ਮੈਨੂੰ ਲੱਗਦਾ ਵੀ ਇੱਦਾਂ ਦੇ ਇਮੇਜਿਸ ਕਈ ਵਾਰੀ ਸਾਨੂੰ ਨਾ ਜਿਹੜੀ ਅਸਲੀ ਸਿਚੁਏਸ਼ਨ ਹੁੰਦੀ ਆ ਉਹ ਦਿਖਾਈ ਉਹਦੇ ਵਿੱਚੋਂ ਨਹੀਂ ਦਿੰਦੀ, ਇਹਦੇ ਮਗਰਲੇ ਪਾਸੇ ਵੱਲ ਕੀ ਹੈਗਾ ਵਾ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ। ਜੇ ਤੁਹਾਡੀ ਗੱਲ ਨੂੰ ਮੰਨ ਲਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਇੱਕ ਪ੍ਰੋਗਰਾਮ ਸੀ ਸਰਕਾਰ ਦਾ, ਜਾਂ ਇਹ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ, ਵਿਦਿਆ ਦਾ ਹੋਇਆ ਸੀ, ਉੱਥੇ ਹੈਲਥ ਦਾ ਹੋਇਆ, ਜਿਹੜੇ ਨੇ ਦੋ ਮੁੱਖ ਏਜੰਡੇ ਸੀਗੇ, ਤੇ ਹਰ ਵਾਰ ਵਾਸਤੇ ਕੇਜਰੀਵਾਲ ਨੂੰ ਉੱਥੇ ਲਿਆ ਕੇ ਜਾਂ ਉਹਨਾਂ ਦੇ ਹੱਥੋਂ ਇਹ ਸਾਰਾ ਸਕੀਮ ਸ਼ੁਰੂ ਕਰਾ ਕੇ, ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਜੀ ਜਿਹੜਾ ਆਪਣਾ ਉਹਦਾ ਔਰਾ ਹੈਗਾ ਵਾ ਉਹਨੂੰ ਬਹੁਤ ਵੱਡਾ ਕਰ ਰਿਹਾ। ਜਾਂ ਇਹਦੇ ਵਿੱਚ ਇਹ ਗੱਲ ਬੜੀ ਕਲੀਅਰ ਹੈਗੀ ਆ ਕਿ ਪਾਵਰ ਦਾ ਬਿਲਕੁਲ ਸੈਂਟਰਲਾਈਜ਼ਡ ਹੈਗਾ, ਜਿਹੜੀ ਪਾਰਟੀ ਹੈਗੀ ਆ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈਗੀ ਆ ਉਹ ਸਰਕਾਰ ਆਪਾਂ ਸਾਰਿਆਂ ਨੂੰ ਪਤਾ ਕਿ ਉਹਦੀਆਂ ਲਿਮਿਟਡ ਜਿਹੜੀਆਂ ਰਿਸਪੋਂਸੀਬਿਲਟੀਜ਼ ਹੈਗੀਆਂ, ਲਿਮਿਟਡ ਫੰਕਸ਼ਨਸ ਹੈਗੀਆਂ। ਇੱਕ ਪਾਰਟੀ ਹੁੰਦੀ ਆ, ਇੱਕ ਸਰਕਾਰ ਹੁੰਦੀ ਆ। ਮੋਟੇ ਤੌਰ 'ਤੇ ਦੇਖਿਆ ਜਾਵੇ ਕਿ ਜਿਹੜੀ ਪਾਰਟੀ ਹੈਗੀ ਆ ਉਹਦੇ ਵਿੱਚ ਅਜੇ ਵੀ ਕੇਜਰੀਵਾਲ ਸਾਹਿਬ ਜਿਹੜੇ ਹੈਗੇ ਆ ਉਹ ਉਹਦੇ ਸਭ ਤੋਂ ਵੱਡੇ ਨੇਤਾ ਹੈਗੇ ਆ। ਦੂਸਰੀ ਗੱਲ ਲਈ ਸਟੇਟ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ, ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਜਿਹੜੇ ਹੈਗੇ ਆ ਉਹ ਸਰਕਾਰ ਦੇ ਮੁਖੀਆ ਹੈਗੇ ਆ, ਔਰ ਉਹ ਮੁਖੀਆ ਦੇ ਤੌਰ ਦੇ ਉੱਤੇ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੈਗੀ ਆ। ਤੋ ਇਸ ਕਰਕੇ ਪਿਛਲੇ ਸਮੇਂ ਦੀਆਂ ਘਟਨਾਵਾਂ ਵੀ ਅਸੀਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਦੋਂ ਦੀ ਸਰਕਾਰ ਬਣੀ ਆ, ਭਗਵੰਤ ਸਿੰਘ ਹੁਣੀ ਕਾਫੀ ਕੰਮ ਆਪਣੇ ਤਰੀਕੇ ਨਾਲ ਕਰਦੇ ਰਹੇ। ਜਿਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਹਟਾਇਆ ਗਿਆ ਸੀ, ਸ਼ਾਇਦ ਸਭ ਤੋਂ ਪਹਿਲਾਂ ਸਿੰਗਲਾ ਸਾਹਿਬ ਸੀਗੇ,
ਉਹਦੇ ਤੋਂ ਬਾਅਦ ਜਿਹੜੇ ਹੋਰ ਮੰਤਰੀ ਬਦਲੇ ਗਏ ਜਾਂ ਰੀਸੈਂਟਲੀ ਜਿਹੜੇ ਕੁਝ ਮੰਤਰੀਆਂ ਨੂੰ ਜਿਹੜਾ ਸੀਗਾ ਸ਼ਾਇਦ ਪਤਾ ਵੀ ਨਹੀਂ ਸੀਗਾ ਬਦਲ ਕੇ ਦੂਸਰੇ ਲਾ ਦਿੱਤੇ ਗਏ। ਸੋ ਇਹ ਵਰਤਾਰਾ ਤਾਂ ਹੈਗਾ ਹੀ ਹੈਗਾ, ਕਿਉਂਕਿ ਇਸ ਵੇਲੇ ਜਿਹੜੀ ਸੈਂਟਰਲਾਈਜੇਸ਼ਨ ਹੈਗੀ ਪਾਵਰ ਦੀ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਜਿਹੜੀ ਹੈਗੀ ਆ ਉਹ ਚੀਫ ਮਿਨਿਸਟਰ ਦੇ ਕੋਲ ਆ। ਇਹਨਾਂ ਦੇ ਜਿਹੜੇ MLA ਸਾਹਿਬ ਹੈਗੇ ਆ ਸ਼ਾਇਦ ਉਹਨੇ ਜ਼ਿਆਦਾ ਉਹ ਪੋਲੀਟੀਕਲੀ ਜਿਹੜੇ ਹੈਗੇ ਉਹ ਐਕਟਿਵ ਨਹੀਂ ਹੈਗੇ, ਔਰ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਉਹ ਬਹੁਤਾ ਲੋਕਾਂ ਦੇ ਨਾਲ ਇੰਟਰੈਕਟ ਨਹੀਂ ਕਰਦੇ, ਜਦੋਂ ਕਿ ਪਾਰਟੀ ਦਾ ਇਹ ਏਜੰਡਾ ਸੀਗਾ ਕਿ ਤੁਸੀਂ ਲੋਕਾਂ ਦੇ ਨਾਲ ਜੁੜ ਕੇ ਰਹਿਣਾ ਵਾ। ਪਰ ਦੂਸਰੇ ਪਾਸੇ ਉਹਨਾਂ 'ਤੇ ਕੀ ਡਰ ਹੈਗਾ ਵਾ ਜਾਂ ਉਹਨਾਂ 'ਤੇ ਕੀ ਦਬਦਬਾ ਹੈਗਾ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਾਰਾ ਜਿਹੜਾ ਕੰਟਰੋਲ ਕੀਤਾ ਜਾਂਦਾ ਵਾ, ਉਹ ਖੁੱਲ੍ਹ ਕੇ ਲੋਕਾਂ ਦੇ ਨਾਲ ਗੱਲ ਨਹੀਂ ਕਰਦੇ ਔਰ ਨਾ ਹੀ ਲੋਕਾਂ ਦੇ ਨਾਲ ਜਿਹੜਾ ਹੈਗਾ ਵਾ ਉਹ ਬਹੁਤਾ ਇੰਟਰੈਕਟ ਕਰਦੇ ਆ। ਸੋ ਕਹਿਣ ਤੋਂ ਭਾਵ ਹੈ ਕਿ ਵੱਖਰੀ ਕਿਸਮ ਦਾ ਨਿਜ਼ਾਮ ਸਾਡੇ ਸਾਹਮਣੇ ਆ ਰਿਹਾ ਕਿ ਜਿਹਦੇ ਵਿੱਚ ਲੋਕਾਂ ਨੇ ਏਡੀ ਵੱਡੀ ਤਾਕਤ ਇੱਕ ਪਾਰਟੀ ਨੂੰ ਦਿੱਤੀ, ਲੋਕ ਵੀ ਧਿਰ ਬਣੇ ਜਿਹਦੇ ਵਿੱਚ ਖਾਸ ਕਰਕੇ ਬਣਦਾ ਤਾਂ ਇਹ ਬਣਦਾ ਸੀਗਾ ਕਿ ਤੁਸੀਂ ਇਹਨੂੰ ਡੀਸੈਂਟਰਲਾਈਜ਼ ਕਰੋ ਜਿਹੜਾ ਤੁਹਾਡੀ ਜ਼ਿੰਮੇਵਾਰੀ ਹੈਗੀ ਆ ਜਿਹੜੀ ਜਿਹੜੀ ਤਾਕਤ ਹੈਗੀ ਆ। ਪਰ ਸੁਭਾਅ ਹੁੰਦਾ ਜਦੋਂ ਬਹੁਤ ਸਾਰੀ ਤਾਕਤ ਤੁਹਾਨੂੰ ਮਿਲ ਜਾਂਦੀ ਆ ਤੁਹਾਨੂੰ ਲੱਗਦਾ ਵੀ ਤੁਸੀਂ ਬਹੁਤ ਇੰਪੋਰਟੈਂਟ ਹੋ ਜਾਂਦੇ ਹੋ। ਤੋ ਇਸ ਕਰਕੇ ਇਹ ਜਿਹੜਾ ਦੋ ਲੀਡਰਾਂ ਦਾ ਆਪਸੀ ਜਿਹੜਾ ਇੱਕ ਦੂਜੇ ਦੀ ਰੈਸੀਪ੍ਰੋਸਿਟੀ ਹੈਗੀ ਆ ਉਹ ਮੇਰੇ ਖਿਆਲ ਇਹੀ ਇਮੇਜ ਦੇਣਾ ਚਾਹੁੰਦੀ ਆ ਕਿ ਬਾਕੀ ਜੋ ਹੋਰ ਲੋਕ ਹੈਗੇ ਆ ਚਾਹੇ MLA ਸਾਹਿਬ ਹੈਗੇ ਆ ਜਾਂ ਹੋਰ ਮੰਤਰੀ ਸਾਹਿਬ ਹੈਗੇ ਆ ਜਾਂ ਜੋ ਉਹਨਾਂ ਦੇ ਪਦਾਧਿਕਾਰੀ ਹੈ ਉਹਨਾਂ ਦੇ ਵਿੱਚ ਇਹ ਇਮੇਜ ਦੇਣ ਵਾਸਤੇ ਵੀ ਇਹ ਦੋ ਹੀ ਇੰਪੋਰਟੈਂਟ ਹੈਗੇ ਆ। ਔਰ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਹੋਣਾ ਕਿ ਕਿੰਤੂ ਪਰੰਤੂ ਹੁੰਦਾ ਸੀਗਾ, ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਕਈ ਕਿਸਮ ਦੇ ਕਿੰਤੂ ਪਰੰਤੂ ਹੋਏ ਆ, ਇਹ ਓਨੀ ਇੰਡੀਪੈਂਡ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਆ, ਜਾਂ ਇਹ ਦਿੱਲੀ ਦਰਬਾਰ ਦੇ ਕਹੇ ਦੇ ਉੱਤੇ ਚੱਲੀ ਵੀ ਆ। ਆਪਾਂ ਵਾਰ ਵਾਰ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਫੈਸਲੇ ਲਏ ਗਏ ਆ, ਜਿਸ ਤਰੀਕੇ ਦੇ ਨਾਲ ਰਾਜ ਸਭਾ ਦੇ ਮੈਂਬਰ ਚੁਣੇ ਗਏ ਆ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀ ਹੈਗੀ ਅਪੁਆਇੰਟਮੈਂਟਸ ਹੋ ਰਹੀਆਂ ਵਾ, ਜਾਂ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਜਿਹੜੇ ਮੰਤਰੀ ਹੈਗੇ ਜਾਂ ਪੋਲਿਸੀ ਮੈਟਰ ਉੱਥੋਂ ਬਣ ਕੇ ਆਉਂਦਾ ਵਾ, ਉਹ ਭਗਵੰਤ ਮਾਨ ਹੋਣਾ ਦਾ ਇਮੇਜ ਜਿਹੜਾ ਸੀਗਾ ਉਹ ਹੌਲੀ ਹੌਲੀ ਜਿਹੜਾ ਸੀਗਾ ਲੱਗਦਾ ਸੀ ਉਹਨਾਂ ਨੂੰ ਵੀ ਸ਼ਾਇਦ ਉੱਥੇ ਕੁਐਸਚਨ ਮਾਰਕ ਹੋ ਰਿਹਾ। ਹੋ ਸਕਦਾ ਹੈ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਵੀ ਹੋਵੇ ਕਿ ਉਹਨੂੰ ਰਿਵਰਸ ਕਰਨਾ ਚਾਹੁੰਦੇ ਹੋਣ, ਕਿਉਂਕਿ 2024 ਦੇ ਵਿੱਚ ਇਲੈਕਸ਼ਨ ਆਉਣੀਆਂ ਔਰ ਉਹ ਇਲੈਕਸ਼ਨ ਦੇ ਵਿੱਚ ਜੇ ਇਹ ਮੈਂ ਜਾਂਦਾ ਹੈ ਕਿ ਅਸੀਂ ਜੇ ਭਗਵੰਤ ਮਾਨ ਨੂੰ ਚੁਣਿਆ, ਕਿਉਂਕਿ 2022 ਦੇ ਵਿੱਚ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਵਾਸਤੇ ਚੁਣਿਆ ਸੀਗਾ, ਇਹ ਗੱਲ ਬਹੁਤ ਕਲੀਅਰ ਆਉਂਦੀ ਸੀ ਵਾਰ ਵਾਰ। ਅਤੇ ਜਦੋਂ ਇੰਨਾ ਸਰੈਂਡਰ ਕਰਦੇ ਆ ਜਾਂ ਇਹ ਇਮੇਜ ਆਉਂਦਾ ਹੈ ਜਾਂ ਇਹ ਪਰਸੈਪਸ਼ਨ ਬਣਦੀਆਂ ਤੇ ਉਹਨਾਂ ਲਈ ਬਹੁਤ ਆਕਵਰਡ ਸਿਚੁਏਸ਼ਨ ਜਿਹੜੀ ਆ ਉਹ ਪੈਦਾ ਹੋ ਰਹੀ ਆ। ਅਤੇ ਮੈਨੂੰ ਲੱਗਦਾ ਕਿ ਇਹ ਸ਼ਾਇਦ ਉਸੇ ਸਟ੍ਰੈਟਜੀ ਦਾ ਹਿੱਸਾ ਹੋਵੇ ਕਿ ਦੂਸਰੇ ਲੋਕਾਂ ਨੂੰ ਲਾਂਭੇ ਰੱਖ ਕੇ ਦੋ ਹੀ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਔਰ ਜਾਂ ਇਹ ਕਮੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਭਗਵੰਤ ਮਾਨ ਹੁਣੀ ਜੋ ਲੋਕ ਕਹਿੰਦੇ ਆ ਉਹ ਉੱਦਾਂ ਨਹੀਂ ਹੈਗੇ, ਸ਼ਾਇਦ ਇਹ ਵਰਤਾਰਾ ਉਸੇ ਦੀ ਹੀ ਇੱਕ ਕੜੀ ਦਾ ਹਿੱਸਾ ਹੋਵੇ। ਸਰਦਾਰ ਹਮੀਰ ਸਿੰਘ ਜੀ, ਤੁਸੀਂ ਵੀ ਦੇਖਿਆ ਸਾਰੇ ਅੱਜ ਜੋ ਪ੍ਰੋਗਰਾਮ ਹੋਇਆ, ਤੁਸੀਂ ਇਹਨੂੰ ਆਪਣੇ ਐਂਗਲ ਤੋਂ ਕਿਵੇਂ ਦੇਖ ਰਹੇ ਹੋ? ਪੰਜਾਬ ਦੇ ਲੋਕਾਂ ਲਈ ਕਾਫੀ ਸਾਰੇ ਹੁੱਬ ਕੇ ਦਾਅਵੇ ਨੇ। ਈਵਨ ਜਦੋਂ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਸੀਗੇ ਕਿ ਅਸੀਂ ਨਸ਼ੇ ਦੇ ਖਿਲਾਫ ਬੜੇ ਪ੍ਰਤੀਬੱਧ ਹਾਂ, ਦੇਖਿਆ ਅਸੀਂ ਇੱਕ ਬੰਦਾ ਇੱਕ ਦੋ ਦਿਨ ਪਹਿਲਾਂ ਫੜਿਆ, ਰੌਲਾ ਤਾਂ ਪੈਂਦਾ ਪਰ ਸਾਡੀ ਜਿਹੜੀ ਟੋਲਰੈਂਸ ਕੋਈ ਨਹੀਂ, ਅਸੀਂ ਨਸ਼ੇ ਦੇ ਖਿਲਾਫ ਕੋਈ ਬਰਦਾਸ਼ਤ ਨਹੀਂ ਕਰਨਾ, ਕੋਈ ਵੀ ਹੋਵੇ, ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ, ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਨਸ਼ੇ ਦੇ ਖਿਲਾਫ। ਉਹਨਾਂ ਜ਼ੋਰ ਦੇ ਕੇ ਕਿਹਾ, ਜਿਵੇਂ ਸ਼ਾਇਦ ਇਹ ਗੱਲ ਪਹਿਲਾਂ ਇਹ ਮੰਨ ਕੇ ਹੀ ਆਈ ਹੋਈ ਸੀਗੀ ਕਿ ਕੇਜਰੀਵਾਲ ਸਾਹਿਬ ਇਹਨੂੰ ਓਨ ਕਰਨਗੇ। ਦੂਜੇ ਬੰਨੇ ਮਾਨ ਸਾਹਿਬ ਨੇ ਵੀ ਇਹ ਗੱਲ ਬੜੇ ਜ਼ੋਰ ਦੇ ਕੇ ਕਹੀ ਆ ਕਿ ਅਸੀਂ ਲੋਕਾਂ ਨੇ ਸਾਨੂੰ ਬਹੁਤ ਕਲੀਅਰ ਸਾਫ ਕਰਤਾ, ਜਲੰਧਰ ਵਾਲੀ ਇਲੈਕਸ਼ਨ ਤੋਂ ਬਾਅਦ ਲੋਕ ਸਾਡੇ ਨਾਲ ਨੇ। ਸੋ ਲੋਕ ਸਾਡੇ ਨਾਲ, ਇਹਨੂੰ ਇਹ ਜਦੋਂ ਆਪਾਂ ਮੰਨ ਲੈਂਦੇ ਹਾਂ ਤਾਂ ਫਿਰ ਕਈ ਵਾਰੀ ਇਹ ਭਰਮ ਵੀ ਪੈਦਾ ਹੋ ਜਾਂਦੇ ਆ, ਕਿਉਂਕਿ ਲੋਕ ਪਰਸੈਪਸ਼ਨ ਕੋਈ ਹੋਰ ਤਰ੍ਹਾਂ ਦੀ ਵੀ ਬੁਣੀ ਜਾਂਦੀ ਹੈ ਨਾਲ ਨਾਲ। ਕੀ ਕਹਿੰਦੇ ਹੋ? ਬੀਜੇਪੀ ਜਦੋਂ 2014 ਸੱਤਾ 'ਚ ਆਈ ਹੈ ਤੇ ਉਹਨੇ ਇੱਕ ਸਲੋਗਨ ਦਿੱਤਾ ਬਾਰ ਬਾਰ, ਅੱਛੇ ਦਿਨ ਆਉਣੇ ਵਾਲੇ ਹੈ। ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀ ਪਾਰਲੀਮੈਂਟ 'ਚ, ਕਿਉਂਕਿ 14 'ਚ ਚੁਣੇ ਗਏ ਸੀ, ਜਦ ਵੀ ਇਹਨਾਂ ਨੂੰ ਮੌਕਾ ਮਿਲਦਾ ਵੀ ਉਹ ਮੋਦੀ ਸਾਹਿਬ ਜੇ ਤੋਂ ਬਤਾ ਦਿਓ ਅੱਛੇ ਦਿਨ ਕਬ ਆਏਗੇ, ਹੈ ਨਾ, ਅੱਛੇ ਦਿਨ ਆਏਗੇ ਕਬ, ਅੱਛੇ ਦਿਨ ਦਾ ਚੱਲਦਾ ਰਿਹਾ ਵੀ ਉਡੀਕੋ ਅੱਛੇ ਦਿਨ ਆਉਣ ਵਾਲੇ ਨੇ। ਔਰ ਬਹੁਤ ਚੀਜ਼ਾਂ ਲੋਕਾਂ ਨੇ ਦੇਖੀਆਂ, ਨੋਟਬੰਦੀ ਤੋਂ ਲੈ ਕੇ ਅੱਛੇ ਦਿਨ ਆਏ ਤੇ ਉਦੋਂ ਬਾਅਦ ਲਗਾਤਾਰ ਫਿਰ ਜਿਹੜਾ ਕੋਵਿਡ ਆਇਆ, ਕਿਵੇਂ ਲਾਸਾਂ ਤੈਰਦੀਆਂ ਦਿਖੀਆਂ ਨਦੀਆਂ ਦੇ ਵਿੱਚ, ਕ੍ਰਿਮੇਸ਼ਨ ਲਈ ਵੀ ਲੋਕਾਂ ਨੂੰ ਮੌਕਾ ਨਹੀਂ ਮਿਲਿਆ, ਪੈਸੇ ਨਹੀਂ ਸੀ, ਗਰੀਬੀ ਦਿਖਾਈ ਦਿੱਤੀ ਸਾਰੇ ਮਾਮਲਿਆਂ ਦੇ ਵਿੱਚ, ਪਰ ਉਹ ਅੱਛੇ ਦਿਨ ਤਾਂ ਚੱਲ ਹੀ ਰਿਹਾ ਸਲੋਗਨ ਤਾਂ, ਅੱਛੇ ਦਿਨ ਦਾ ਗੱਲ ਨਹੀਂ ਚੱਲੀ, ਉਹ ਸਗੋਂ ਸਭ ਕਾ ਵਿਕਾਸ ਤੱਕ ਪਹੁੰਚ ਗਈ, ਉਹ ਸਭ ਕੇ ਵਿਕਾਸ ਤੱਕ ਇੱਕ ਸਲੋਗਨ ਹੀ ਆ ਰਿਹਾ, ਇੱਕ ਹੁੰਦੀ ਹੈ ਨਾਅਰੇਬਾਜ਼ੀ, ਨਾਅਰੇਬਾਜ਼ੀ ਦਾ ਸਵਾਲ ਹੈ। ਹੁਣ ਅਸੀਂ ਪੰਜਾਬ ਦੇ ਵਿੱਚ ਕੰਨ ਪੱਕ ਗਏ ਮੇਰੇ ਖਿਆਲ ਸਾਰੇ ਲੋਕਾਂ ਦੇ ਸੁਣਦੇ ਸੁਣਦੇ, ਹਰ ਘਟਨਾ ਤੋਂ ਬਾਅਦ ਇਨਕਲਾਬ ਜਿੰਦਾਬਾਦ, ਕ੍ਰਾਂਤੀ ਸ਼ੁਰੂ ਹੋ ਗਈ ਪੰਜਾਬ ਦੀ, ਪੰਜਾਬ ਦੇ ਵਿੱਚ ਹੁਣ ਕ੍ਰਾਂਤੀ ਦੌੜ ਰਹੀ ਆ ਗਲੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਆਲੇ ਦੁਆਲੇ, ਤੇ ਉਹ ਕ੍ਰਾਂਤੀ ਲੋਕ ਹੀ ਜਾਣਨਾ ਚਾਹੁੰਦੇ ਨੇ ਵੀ ਉਹ ਕ੍ਰਾਂਤੀ ਦੀ ਕੀ ਪਰਿਭਾਸ਼ਾ ਹੁੰਦੀ ਹੈ, ਉਹ ਇਨਕਲਾਬ ਦੀ ਕਾਹਦੀ ਪਰਿਭਾਸ਼ਾ ਹੁੰਦੀ ਹੈ ਜਿਹੜਾ ਤੁਹਾਡੇ ਵਾਲਾ ਹੈ। ਅੱਗੇ ਤਾਂ ਬਹੁਤ ਬੜੀ ਤਬਦੀਲੀ ਨੂੰ ਕੋਈ ਇਨਕਲਾਬ ਮੰਨਦਾ ਸੀ ਵੀ ਹੇਠਲੀ ਉੱਪਰ ਕਰ ਦਿੰਦੇ ਸੀ, ਸਾਰਾ ਕੁਝ
सत्ता तो इधर उधर जाता सी, तुसी केड़ी परिभाषा चुन ली है? ये अच्छे अजे तो यह समझ नहीं आ रही वो परिभाषा केड़ी है। परिभाषा का आलम यह है कि तुसी 100 पहला एक स्कूल स्कूल ऑफ एमिनेंस किया, तुहाडे ही एमएलए ने उहदे ते सवाल उठाए, सब चीजा पुराने नूं रेनोवेट किया, बाकी चीजा ने हुण 100 महला क्लीनिक ते तुसी बाकी 462 करतियां कहिंदे, ते इहदों बाद एक हस्पताल रेनोवेट करके हुण 66 बैड का, केवल 66 बैड का तुसी कह रहे हो कि हुण ना बाहर इलाज की लोड़ ही नहीं पएगी। आम आदमी पार्टी का एक सधारण वर्कर जिहड़ा एमएलए बन गया जां कोई मिनिस्टर है, कदे तुहाडे सरकारी हस्पतालां च भर्ती होया समेत भगवंत मान? दो बार मौका मिलिया भगवंत मान नूं, दिल्ली दे किहड़े हस्पताल च गया सी, पंजाब दे किहड़े हस्पताल च, दिल्ली दे गवर्नमेंट हस्पताल च गया तुहाडे मुताबक जां तुसीं इस हस्पताल च गए सी? केजरीवाल साहब की जिहड़ी खांसी सी गला गोला सी वो बेंगलौर जां कितें होर करा के आए सी जां कितें दिल्ली दे अपने सरकारी हस्पताल च ठीक ठाक करा लिया सी कुछ? मतलब जाते कितने हो तुम? जे लोगों नूं एक क्रांति दिखाउणी है तो शुरू अपने आप तो करनी पएगी, जिन्हें भी लोगों का यह चीजा ने। हुण अज 40 महला क्लीनिकां दे कनैक्शन कटे पए ने जी, बिजली का बिल नहीं दिता जा सकिया, जिहड़े अजे क्रांति शुरू नहीं हुई, अजे होई है, अज तो स्टार्ट हुई है, उदों पहला कनैक्शन कट गए क्योंकि बिजली का बिल नहीं दिता। कला पैरासीटामोल ते बाकी दीआं चीजां दे के तुसीं किवें चला लोगे? अज भी गल डॉक्टर बलबीर सिंह ने स्टेज ते कही है कि मैनू चीफ मिनिस्टर ने साहब ने कहा कि आपां महला क्लीनिक चलाउणे, पैसा मैटर नहीं करता, पैसा जिन्ना मर्जी कहोगे, 550 करोड़ रुपया सेंक्शन करता जी एक हस्पताल वास्ते, ते गवर्नमेंट ऑफ इंडिया ने 2022 तो नवंबर 2022 तो इन्होंने चलाया हुआ सिलसिला है, पैसा देना बंद करता है कि महला क्लीनिक स्कीम लई नहीं बाकी नहीं पैसा, तुसीं कहिंदे हो सानूं लोड नहीं, चीफ मिनिस्टर कहिंदे गवर्नमेंट ऑफ इंडिया वाले पैसे का आपां की करना जी, तुहाडा वह फसिया पिया, तुहाडा 5000 करोड़ तो वध ये जिहड़ा रूरल डिवेलपमेंट का फसिया पिया, बाकी का हर गल च पैसा तुहानूं मिल नहीं रहा, उहदे करके 50000 करोड़ कर्जा हुंदा जदों पैसा कितों नहीं आउंदा, ऐसा बाकी नहीं। तुसीं लोकां नूं बेवकूफ इस लई बना रहे हो कि असीं पुराना कर्जे का ब्याज तार रहे हां, वो तो सारे ही तारदे सी, तारदे तारदे चढ़ाया सी, यही तो उन्होंने किया करजा लैण लई, ब्याज तारन लई, करजे का ब्याज तारन लई नवा करजा लैना, ये तुहाडी प्राप्ति की है? ਇਹ ਤਾਂ ਬਾਕੀ ਦੀ ਵੀ ਪ੍ਰਾਪਤੀ ਹੈ। ਤੁਸੀਂ ਸਿਵਲ ਹਸਪਤਾਲ ਬੰਦ ਕਰਕੇ ਕਿੰਨਿਆਂ ਥਾਵਾਂ ਤੇ ਸਪੈਸ਼ਲਾਈਜ਼ਡ ਡਾਕਟਰ ਜਿਹੜੇ 7-7 ਡਾਕਟਰ ਸੀ ਕਿ ਸਿਵਲ ਹਸਪਤਾਲ 'ਚ ਇਕੱਲੇ ਇਕੱਲੇ ਨੂੰ ਕਿਸੇ ਮਹੱਲਾ ਕਲੀਨਿਕ 'ਚ ਲਾਤਾ, ਉੱਥੇ ਜਾ ਕੇ ਸਿਵਲ ਹਸਪਤਾਲ ਦੇ ਡੰਪ ਖੜ ਗਏ ਨੇ ਉਹ ਸਾਰੇ ਦੇ ਸਾਰੇ ਸਾਡੇ ਸਾਹਮਣੇ ਨੇ। 3 ਟਰਾਮਾ ਸੈਂਟਰ ਨੇ ਪੰਜਾਬ 'ਚ ਜਿੱਥੇ ਕਿ ਡਾਕਟਰ ਨਹੀਂ ਹੈ, ਤੇ ਜਿਹੜੇ ਬੰਦ ਹੋ ਚੁੱਕੇ ਨੇ ਕੇਵਲ ਬਿਲਡਿੰਗਾਂ ਖੜੀਆਂ ਨੇ, ਤੇ ਇਹ ਸਾਰੀਆਂ ਕਿਉਂਕਿ ਜਦੋਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਬੰਦ ਹੋ ਗਈ ਉਦੋਂ ਉਹ ਡੰਪ ਹੋ ਗਿਆ। ਜਿਹੜੀਆਂ ਚੀਜ਼ਾਂ ਲੋਕਾਂ ਨੂੰ ਹੈਲਥ ਦੇ ਲਈ ਚਾਹੀਦੀਆਂ ਨੇ, ਹੈਲਥ ਕ੍ਰਾਂਤੀ ਐ ਹੁੰਦੀ ਹੈ ਕਿ ਮਹੱਲਾ ਕਲੀਨਿਕ ਖੁੱਲਦਾ, ਜਾਂ ਹੈਲਥ ਕ੍ਰਾਂਤੀ ਇਹ ਹੁੰਦੀ ਹੈ ਕਿ ਤੁਸੀਂ ਪਾਲਿਸੀ ਬਣਾਈ ਹੈ, ਲੋਕਾਂ ਦਾ ਖਾਣਾ ਪੀਣਾ ਚੰਗਾ ਹੋ ਗਿਆ, ਲੋਕ ਐਨਵਾਇਰਨਮੈਂਟ ਤੋਂ ਕਲੀਅਰ ਹੋ ਗਏ, ਕਲੀਨ ਉਹਨਾਂ ਨੂੰ ਪਾਣੀ ਮਿਲਦਾ, ਕਲੀਨ ਉਹਨਾਂ ਨੂੰ ਹਵਾ ਮਿਲਦੀ ਹੈ, ਉਹਨਾਂ ਨੂੰ ਕੰਮ ਮਿਲਦਾ ਕਿਰਤੀ ਦੇ ਤੌਰ ਦੇ ਉੱਤੇ, ਤੇ ਉਹ ਤੰਦਰੁਸਤ ਰਹਿਣ ਲੱਗ ਗਏ ਜੀ। ਇਹ ਹੁਣ ਤਾਂ ਹੈਲਥ ਕ੍ਰਾਂਤੀ ਕੋਈ ਮੰਨੀ ਜਾ ਸਕਦੀ ਹੈ ਕਿ ਲੋਕ ਹੁਣ ਸਿਹਤਯਾਬ ਹੋ ਗਏ, ਬਿਮਾਰ ਘੱਟ ਹੋ ਰਹੇ ਨੇ। ਤੁਸੀਂ ਸਾਨੂੰ ਸਿਖਾਉਣਾ ਕੀ ਚਾਹੁੰਦੇ ਹੋ? ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦੀ ਕਿ ਜੇ ਕੋਈ ਯੂਨੀਵਰਸਿਟੀ 'ਚ ਇਹ ਸਿਲੇਬਸ ਲਾ ਦੇ ਕਿ ਹੈਲਥ ਕ੍ਰਾਂਤੀ ਇਹਨੂੰ ਕਹਿੰਦੇ ਨੇ ਜਿੱਥੇ ਹਸਪਤਾਲ ਜ਼ਿਆਦਾ ਹੋਣ, ਮੈਨੂੰ ਲੱਗਦਾ ਜਿੱਥੇ ਜ਼ਿਆਦਾ ਵਕੀਲ ਹੋ ਜਾਣ, ਜਿੱਥੇ ਜ਼ਿਆਦਾ ਪੁਲਿਸ ਦੀ ਨਫਰੀ ਹੋ ਜੇ ਪਰ ਕੈਪੀਟਾ, ਜਿੱਥੇ ਜ਼ਿਆਦਾ ਹਸਪਤਾਲਾਂ ਦੀ ਲੋੜ ਹੋਵੇ, ਇਹਦਾ ਮਤਲਬ ਸੁਸਾਇਟੀ ਝਗੜਾਲੂ ਹੈ, ਮੁਕੱਦਮੇਬਾਜ਼ ਹੈ, ਸੁਸਾਇਟੀ ਬਿਮਾਰ ਹੈ, ਸੁਸਾਇਟੀ ਨਹੀਂ ਤੰਦਰੁਸਤ ਚੱਲ ਰਹੀ। ਤੁਸੀਂ ਸਿੰਪਟਮ ਕਿੱਥੋਂ ਦੇਖਦੇ ਹੋ ਇਹ ਚੀਜ਼ਾਂ ਦੇ, ਜਿਹੜੀਆਂ ਚੀਜ਼ਾਂ ਨੂੰ ਲਿਆ ਕੇ ਸਾਡੇ ਸਾਹਮਣੇ ਪਰੋਸ ਰਹੇ ਹੋ ਉਸ ਮਾਮਲੇ ਦੇ ਵਿੱਚ? ਇੱਕ ਤਾਂ ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਥਰੋਟਿਕਲੀ ਇਹਦੇ ਬੇਸਿਕਸ ਤੇ ਡਿਬੇਟ ਕਰਨ ਦਾ ਕੁਐਸਚਨ ਹੈ ਕਿ ਜਿੱਧਰ ਤੁਸੀਂ ਲਿਜਾ ਰਹੇ ਹੋ ਜਿਹੜੀਆਂ ਗੱਲਾਂ ਐਡੇ ਐਡੇ ਇਕੱਠ ਕਰਕੇ ਸਾਨੂੰ ਦੱਸਣਾ ਚਾਹੁੰਦੇ ਹੋ, ਭਾਈ ਸਾਹਿਬ ਐਡੇ ਮੰਦ ਬੁੱਧੀ ਨਹੀਂ ਆ ਅਸੀਂ, ਸਾਨੂੰ ਥੋੜਾ ਬਹੁਤ ਸੋਝੀ ਹੈ ਦੀਨ ਦੁਨੀਆ ਦੀ ਕਿ ਕਿਹੜੀ ਗੱਲ ਨੂੰ ਤੁਸੀਂ ਗੱਲਾਂ ਕਰ ਰਹੇ ਹੋ, ਤੇ ਉਦੋਂ ਅਗਲਾ ਸਵਾਲ ਫਿਰ ਤੁਸੀਂ ਇਕੱਠ ਕਰਦੇ ਹੋ ਜਿਹੜਾ ਤੁਸੀਂ ਬਰਾਬਰੀ ਦੀ ਵੀ ਇੱਕ ਗੱਲ ਕੀਤੀ ਕਿ ਸ਼ਾਇਦ ਦੋਨੇ ਭਗਵੰਤ ਮਾਨ ਤੇ ਕੇਜਰੀਵਾਲ ਬਰਾਬਰ ਜੇ ਹੋ ਗਏ ਨੇ, ਕਦੇ ਭਗਵੰਤ ਮਾਨ ਨੂੰ ਕਿਤੇ ਉਦਘਾਟਨ ਲਈ ਦਿੱਲੀ 'ਚ ਬੁਲਾਇਆ ਜਾਂਦਾ, ਦਿਖਾਉਣ ਲਈ ਬੁਲਾਇਆ ਜਾਂਦਾ ਵੀ ਦੇਖ ਅਸੀਂ ਆਹ ਕੀਤਾ? ਉਹ ਆ ਕੇ ਕਹਿੰਦੇ ਨੇ ਮੈਂ ਸਕੂਲ ਦੇਖ ਕੇ ਆਇਆ ਕਮਾਲ ਦਾ, ਮੈਂ ਮਹੱਲਾ ਕਲੀਨਿਕ ਦੇਖਿਆ ਕਮਾਲ ਦਾ। ਬਰਾਬਰੀ ਹੁੰਦੀ ਹੈ ਗਿਵ ਐਂਡ ਟੇਕ ਨਾਲ, ਜਿੱਦਣ ਭਗਵੰਤ ਮਾਨ ਨੂੰ ਇਹ ਬੁਲਾਇਆ ਕਿ ਕੇਜਰੀਵਾਲ ਨਾਲ ਬੈਠੇ ਨੇ ਉਦਘਾਟਨ ਤੁਸੀਂ ਕਰੋਗੇ, ਠੀਕ ਹੈ ਬਰਾਬਰੀ ਹੋ ਜਾਏਗੀ। ਕਦੇ ਪਿਛਲੀਆਂ ਸਰਕਾਰਾਂ 'ਚ ਵੀ, ਪਿਛਲੀਆਂ ਸਰਕਾਰਾਂ ਦੀ ਹਾਈਕਮਾਂਡ ਕਲਚਰ ਬਹੁਤ ਹੈ, ਬੇਹੱਦ ਹੈ, ਟਿਕਟਾਂ ਤੋਂ ਸਾਰਾ, ਪਰ ਕਿਸ ਚੀਫ ਮਿਨਿਸਟਰ ਦੇ ਉੱਪਰ ਦੀ ਜਾ ਕੇ ਕਦੇ ਕੋਈ ਉਦਘਾਟਨ ਕਰਨ ਕਿਸੇ ਨੂੰ ਬੁਲਾਇਆ ਗਿਆ ਚੀਫ ਮਿਨਿਸਟਰਾਂ ਤੋਂ? ਉਹ ਕਾਂਗਰਸ ਦੀ ਸਰਕਾਰ ਹੋਵੇ, ਅਕਾਲੀ ਦਲ ਦੀ ਸਰਕਾਰ ਹੋਵੇ, ਜਿਹਦੀ ਮਰਜ਼ੀ ਸਰਕਾਰ ਰਹੀ ਹੋਵੇ ਚਾਹੇ, ਇਹ ਤਾਂ ਉਦੋਂ ਵੀ ਸੈਂਟਰਲਾਈਜੇਸ਼ਨ ਹੈ ਨਾ।
ਤੇ ਜਦੋਂ ਤੁਸੀਂ ਉਦੋਂ ਬਿਨਾਂ ਕੋਈ ਗੱਲ ਹੀ ਨਹੀਂ ਕਰ ਰਹੇ ਔਰ ਇਸੇ ਕਰਕੇ ਉਦੋਂ ਬਾਅਦ ਦਾ ਜਿਹੜੇ ਸਵਾਲ ਨੇ ਅਗਲੇ ਕਿ ਤੁਸੀਂ ਕਿਵੇਂ ਕਰ ਰਹੇ ਹੋ ਅਕਾਲੀ ਕਾਂਗਰਸੀ ਕਰਦੇ ਸੀ ਬੱਸਾਂ ਖਰੀਦਦੇ ਲੈ ਜਾਂਦੇ ਸੀ ਲੋਕਾਂ ਦੀਆਂ ਸਕੂਲਾਂ ਦੀਆਂ ਬੱਸਾਂ ਫੜ ਲਈਆਂ ਆਰਟੀਓ ਨੂੰ ਆਰਟੀਓ ਨੂੰ ਕਹੇ ਤਾਂ ਫਲਾਣੇ ਨੂੰ ਕਹੇ ਇਹਦਾ ਆਕਾ ਹੈ ਤੁਸੀਂ ਤਾਂ ਜਮਾ ਸਰਕਾਰੀ ਬੱਸਾਂ ਲੈਣ ਤੇ ਆ ਗਏ ਹੋ ਜ਼ਬਰਦਸਤੀ ਆਪਣੇ ਤਰੀਕੇ ਦੇ ਨਾਲ ਅੱਜ ਲੋਕ ਤੰਗ ਨੇ ਆਪਾਂ ਰੋਜ਼ ਡਿਬੇਟ ਕਰਦੇ ਹਾਂ ਵੀ ਕਿਸਾਨ ਰੇਲ ਘੇਰਦੇ ਨੇ ਸੜਕ ਜਾਮ ਕਰਦੇ ਨੇ ਇਹ ਬੰਦ ਹੋਣੀ ਚਾਹੀਦੀ ਹੈ ਲੋਕਾਂ ਨੂੰ ਅਸੁਵਿਧਾ ਹੁੰਦੀ ਹੈ ਤੁਹਾਡੇ ਨਾਲ ਨਹੀਂ ਆਉਂਦੇ ਹਮਦਰਦੀ ਨਹੀਂ ਰਹੂਗੀ ਇਹ ਬਾਰ ਬਾਰ ਗੱਲਾਂ ਹੋ ਰਹੀਆਂ ਨੇ ਸਾਰੀ ਸੁਸਾਇਟੀ ਵੀ ਕਰਦੀ ਹੈ ਤੇ ਮੀਡੀਆ ਵੀ ਕਰਦਾ ਉਹ ਤਾਂ ਫਿਰ ਚੀਕ ਚੂਕ ਕੇ ਕਿਸੇ ਆਪਦੀ ਗੱਲ ਨਹੀਂ ਕਰਦੇ ਨੇ ਸਾਡੀ ਸੁਣਵਾਈ ਨਹੀਂ ਤੇ ਜੇ ਪੈਪਸੂ ਰੋਡ ਟਰਾਂਸਪੋਰਟ ਜਿਹੜੀ ਟੋਟਲ ਮਾਲਵੇ ਦੀ ਕੇਟਰ ਕਰਦੀ ਹੈ 1250 ਬੱਸਾਂ ਹੋਣ ਉਹ ਚੋਂ 800 ਸਰਕਾਰ ਲੈ ਲੇ ਤੇ ਦੱਸੇ ਵੀ ਨਾ ਕਿ ਮੈਂ ਲੈ ਲਈ ਤੇ 1800 ਬੱਸ ਪੰਜਾਬ ਰੋਡਵੇਜ਼ ਦੀ ਉਹਦੇ ਚੋਂ 500 ਲੈ ਲੇ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਇੱਕ ਡੱਬੀ ਜੇ ਉਹਦੇ 'ਚ ਇਹ ਵੀ ਦੇ ਦਿੰਦੇ ਕਿ ਅੱਜ ਬੱਸਾਂ ਲਈ ਬਾਹਰ ਨਾ ਨਿਕਲਿਓ ਬੱਸਾਂ ਸਰਕਾਰੀ ਰੈਲੀ 'ਚ ਜਾਣਗੀਆਂ ਜਿਹਨੇ ਰੈਲੀ 'ਚ ਜਾਣਾ ਉਹੀ ਬਾਹਰ ਨਿਕਲਿਓ ਬਾਕੀ ਦੇ ਬੰਦੇ ਆਪੋ ਆਪਣੇ ਘਰਾਂ 'ਚ ਰਹੋ ਚਾਹੇ ਮਰੀਜ਼ ਹੋ ਤੁਸੀਂ ਨਹੀਂ ਜਾਣਾ ਕਿਤੇ ਵੀ ਜਿਸ ਢੰਗ ਨਾਲ ਖੁਆਰ ਹੋ ਕੇ ਭੀੜਾਂ ਦੀਆਂ ਭੀੜਾਂ ਲੋਕ ਤਰਸਦੇ ਰਹੇ ਅੱਜ ਕੱਲ ਬੱਚਿਆਂ ਦਾ ਫਾਇਰ ਮੈਨ ਦਾ ਪੇਪਰ ਸੀ ਕੱਲ ਸ਼ਾਮ ਨੂੰ ਬੱਸਾਂ ਰਾਤ ਤੋਂ ਹੀ ਬੰਦ ਹੋ ਗਈਆਂ ਆਪਣੇ ਆਪਣੇ ਸਟੇਸ਼ਨ ਤੇ ਚਲੀਆਂ ਗਈਆਂ ਜਿੱਥੋਂ ਬੰਦਿਆਂ ਨੇ ਲੈ ਕੇ ਜਾਣਾ ਤੁਸੀਂ ਹਾਲ ਦੇਖੋ ਪੰਜਾਬ ਚੋਂ ਆਏ ਹੋ ਬੱਚਿਆਂ ਦਾ ਚੰਡੀਗੜ੍ਹ ਤੋਂ ਜਿਹੜੇ ਆਪਣੇ ਪਿੰਡਾਂ 'ਚ ਕੁੜੀਆਂ ਮੁੰਡੇ ਰਾਤਾਂ ਨੂੰ ਕਿਵੇਂ ਪਹੁੰਚੇ ਹੋਣਗੇ ਇਹ ਸਰਕਾਰ ਪਿੰਡਾਂ 'ਚੋਂ ਚੱਲ ਰਹੀ ਹੈ ਇਹ ਵਾਰਡ 'ਚੋਂ ਚੱਲ ਰਹੀ ਹੈ ਕਿੱਥੋਂ ਚੱਲ ਰਹੀ ਹੈ ਮੰਨ ਲਓ ਜੇ ਤੁਹਾਡਾ ਨਹੀਂ ਸਰਦਾ ਮੈਂ ਤਾਂ ਰੈਲੀ ਤੋਂ ਬਿਨਾਂ ਇੱਕ ਹਸਪਤਾਲ ਦਾ ਉਦਘਾਟਨ ਕਿਉਂ ਨਹੀਂ ਹੋ ਸਕਦਾ ਇਹ ਇਹ ਕਿਹੜਾ ਲਾਇਸੈਂਸ ਹੈ ਕਿ ਤੁਸੀਂ ਕਰੋੜਾਂ ਰੁਪਇਆ ਖਰਚ ਕਰਨਾ ਕਿਹੜਾ ਪੋਲ ਦਰ ਪੋਲ ਤੁਸੀਂ ਜਾ ਕੇ ਆਪਣੀਆਂ ਫੋਟੋਆਂ ਚਮਕਾਉਣੀਆਂ ਨੇ ਇਹ ਕਿੱਥੇ ਕਿਹੜੀ ਡੈਮੋਕਰੇਟਿਕ ਸੈਟਅਪ ਦੇ ਵਿੱਚ ਜਿਹੜੀ ਅਕਾਊਂਟੇਬਲ ਸਰਕਾਰ ਹੁੰਦੀ ਹੈ ਜਿਹੜਾ ਗਰੀਬ ਪਰਿਵਾਰ ਹੁੰਦਾ ਹੈ ਜਿੱਥੇ ਡੈਟ ਟ੍ਰੈਪ 'ਚ ਤੁਸੀਂ ਫਸਣ ਜਾ ਰਹੇ ਹੋ ਤੇ ਫਜ਼ੂਲ ਖਰਚੀ ਕਰ ਰਹੇ ਹੋ ਤੇ ਉਹ ਫਜ਼ੂਲ ਖਰਚੀ ਜੇ ਉਦੋਂ ਵੀ ਕਰ ਰਹੇ ਹੋ ਤਾਂ ਜਿਹੜਾ ਲੀਡਰ ਹੁੰਦਾ ਨਾ ਪਰਿਵਾਰ ਦਾ ਲਾਣੇਦਾਰ ਉਹਦੀ ਖਚਾਈ ਹੁੰਦੀ ਹੈ ਘਰ 'ਚ ਘੱਟੋ ਘੱਟ ਵੀ ਤੂੰ ਕੀ ਕਰ ਰਿਹਾ ਫਿਰ ਪਊਆਬਾਜੀ ਨਹੀਂ ਛੱਡ ਰਿਹਾ ਘਰੇ ਤਾਂ ਪੈਸਾ ਨਹੀਂ ਹੈ ਦਾਲ ਨਹੀਂ ਬਣ ਰਹੀ ਰੋਟੀ ਨਹੀਂ ਬਣ ਰਹੀ ਬੱਚਿਆਂ ਦੀ ਫੀਸ ਭਰਨ ਨੂੰ ਪੈਸਾ ਨਹੀਂ ਹੈ ਬੇਇੱਜ਼ਤੀ ਹੋ ਰਹੀ ਹੈ ਰੋਜ਼ ਤੇ ਤੁਸੀਂ ਇਹੋ ਜਿਹੇ ਸੰਗੂਫੇ ਕਰੋ ਮਹਿੰਗੀਆਂ ਸਟੇਜਾਂ ਲਾ ਕੇ ਤੇ ਬੱਸਾਂ ਫੜ ਕੇ ਲੋਕਾਂ ਦੀਆਂ ਤੇ ਇਹ ਕਿਹੜੇ ਰਾਹ ਚੱਲ ਰਹੀ ਹੈ ਮੈਨੂੰ ਨਹੀਂ ਲੱਗਦਾ ਆਮ ਆਦਮੀ ਦੇ ਰਾਹ ਤਾਂ ਹੈ ਨਹੀਂ ਇਹ ਤਾਂ ਖਾਸ ਤੋਂ ਵੀ ਖਾਸ ਆਦਮੀ ਦਾ ਰਾਹ ਹੈ ਨਹੀਂ ਤੁਸੀਂ ਘੱਟੋ ਘੱਟ ਹਫ਼ਤਾ ਪਹਿਲਾਂ ਇਹ ਦੱਸੋ ਵੀ ਸਾਨੂੰ ਬੱਸਾਂ ਚਾਹੀਦੀਆਂ ਨੇ ਅੱਜ ਨਾ ਆਇਓ ਆਹ ਚੀਜ਼ਾਂ ਨੇ ਸਾਡੇ ਸਾਹਮਣੇ ਸਾਰੇ ਅਖਬਾਰਾਂ ਦੇ ਪੇਜ ਭਰੇ ਪਏ ਨੇ ਟੋਟਲ ਕਾਹਦੇ ਲਈ ਭਰੇ ਪਏ ਨੇ ਇਸ ਲਈ ਅੱਜ ਦੀ ਰੈਲੀ 'ਚ ਇੱਕ ਤਾਂ ਇਹ ਸਵਾਲ ਹੈ ਦੂਜਾ ਰੈਲੀ ਕੇਜਰੀਵਾਲ ਸਾਹਿਬ ਸਾਨੂੰ ਕਹਿੰਦੇ ਨੇ ਪਹਿਲਾਂ ਪੰਜਾਬ ਜਾਣਿਆ ਜਾਂਦਾ ਸੀ ਨਸ਼ੇ ਦੇ ਕਰਕੇ ਉਲਟਾ ਪੰਜਾਬ ਬਣੀ ਪਹਿਲਾਂ ਪੰਜਾਬ ਜਾਣਿਆ ਜਾਂਦਾ ਸੀ ਕਰਪਸ਼ਨ ਦੇ ਕਰਕੇ ਹੁਣ ਪੰਜਾਬ ਜਾਣਿਆ ਹੋਰ ਤਰੀਕੇ ਨਾਲ ਜਾ ਰਿਹਾ ਹੈ ਕੀ ਇਹ ਸੱਚੀ ਹੁਣ ਲੋਕ ਇਹਨੂੰ ਐਂ ਸਮਝ ਲੈਣਗੇ ਕਿ ਪੰਜਾਬ ਅਲੱਗ ਤਰ੍ਹਾਂ ਜਾਣਿਆ ਜਾ ਰਿਹਾ ਪਹਿਲਾਂ ਜੇ ਕਰਪਸ਼ਨ ਕਰਕੇ ਜਾਣਿਆ ਜਾਂਦਾ ਸੀ ਅੱਜ ਵਿਜੇ ਸਿੰਗਲਾ ਤੋਂ ਲੈ ਕੇ ਸਰਾਰੀ ਤੋਂ ਲੈ ਕੇ ਅੱਜ ਜਿਹੜੇ SSP ਨੇ ਤੁਹਾਡੇ ਬੰਦਿਆਂ ਤੇ ਪਰਚੇ ਦਰਜ ਕੀਤੇ ਕੀ ਉਹ ਮਾਈਨਿੰਗ ਬੰਦ ਹੋ ਗਈ ਹੈ ਜਾਂ ਅੱਜ ਵੀ ਜਾਰੀ ਹੈ ਜਿੱਦਣ ਕੇਜਰੀਵਾਲ ਸਾਹਿਬ ਬੋਲ ਰਹੇ ਸੀ ਔਰ ਉੱਥੇ ਦੇ ਲੋਕਾਂ ਨੂੰ ਜਾ ਕੇ ਪੁੱਛੋ ਪਿੰਡਿਆਂ ਨੂੰ ਔਰ ਅੱਜ ਹੀ ਮੇਰੀ ਗੱਲ ਹੋਈ ਹੈ ਵਰਕੇ ਉਸ ਪਿੰਡ ਦੇ ਵਿੱਚ ਤੇ ਤਰਨ ਤਾਰਨ ਦੇ ਪੱਤਰਕਾਰਾਂ ਨਾਲ ਕੁਛ ਨਾਲ ਹਾਲਾਤ ਕੀ ਨੇ ਹਾਲਾਤ ਇਹ ਨੇ ਕਿ ਤੁਸੀਂ ਖੁੱਲੀ ਛੁੱਟੀ ਦੇਤੀ ਕਿ ਇਹ ਮਾਈਨਿੰਗ ਤਾਂ ਚੱਲਦੀ ਰਹੂਗੀ ਭਾਈ ਸਾਹਿਬ ਤਾਂ ਫਿਰ ਭਾਈ ਵੀ ਕਿਹੜੀ ਕਰਪਸ਼ਨ ਤੇ ਤੁਸੀਂ ਰੋਕ ਲਾਇਆ ਜੀ ਕਿਸ ਲੈਵਲ ਦੇ ਉੱਤੇ ਔਰ ਇਸੇ ਤਰ੍ਹਾਂ ਜੇ ਨਸ਼ੇ ਨੇ ਲੋਕਾਂ ਨੂੰ ਪਿੰਡ ਪਿੰਡ ਕਮੇਟੀਆਂ ਕਿਉਂ ਬਣਾਉਣੀਆਂ ਪੈਂਦੀਆਂ ਨੇ 3500 ਸਰਪੰਚ ਹੈ ਜਿਹਦੇ ਕੋਲ ਮਰਜ਼ੀ ਵਗ ਜਾਓ ਜਦੋਂ ਇੱਕ ਵਾਰ ਦੱਸਦੇ ਆ ਕਹਿੰਦੇ ਸੰਗੀ ਘੁੱਟੀ ਜਾਂਦੀ ਹੈ ਪੁਲਿਸ ਉੱਪਰੋਂ ਥ੍ਰੈਟਨਿੰਗ ਟੋਨ 'ਚ ਬੋਲਦੀ ਹੈ ਬਲਕਿ ਮਤਲਬ ਇਹ ਨਹੀਂ ਹੈ ਕਿ ਉਸ ਮਾਮਲੇ ਦੇ ਵਿੱਚ ਸਾਡੀ ਕੋਈ ਸੁਣਵਾਈ ਹੈ ਤੇ ਲੋਕ ਡਾਂਗਾਂ ਲੈ ਕੇ ਆਪਣੇ ਪਿੰਡਾਂ ਦੀ ਰਾਖੀ ਆਪ ਕਰਨ ਤੁਰੇ ਹੋਏ ਨੇ ਤੇ ਤੁਸੀਂ ਤੁਹਾਡੀ ਪੁਲਿਸ ਉਹਨਾਂ ਨੂੰ ਥ੍ਰੈਟ ਕਰ ਰਹੀ ਹੈ ਵੱਖ ਵੱਖ ਥਾਵਾਂ ਦੇ ਉੱਤੇ ਤੇ ਤੁਸੀਂ ਕਹਿੰਦੇ ਹੋ ਨਸ਼ੇ ਨਾਲ ਨਹੀਂ ਪੰਜਾਬ ਜਾਣਿਆ ਜਾਂਦਾ ਮਾਨਸਾ 'ਚ ਇੰਨਾ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਸੀ ਬਾਕੀ ਦੀਆਂ ਚੀਜ਼ਾਂ ਨੇ ਤੇ ਕਾਹਦੇ ਲਈ ਜਾਣਿਆ ਜਾਂਦਾ ਪੰਜਾਬ ਔਰ ਇਸੇ ਤਰੀਕੇ ਦੇ ਨਾਲ ਗੰਧਲੇ ਪਾਣੀ ਦਾ ਸਵਾਲ ਹੈ ਜੇ ਪਾਣੀ ਗੰਧਲਾ ਮਿਲੂਗਾ ਤਾਂ ਬਿਮਾਰੀਆਂ ਹੋਣਗੀਆਂ ਬਿਮਾਰ ਪੰਜਾਬ ਕੈਂਸਰ ਤੇ ਕਾਲੇ ਪੀੜੀਏ 'ਚ ਗ੍ਰਸਤ ਹੈ ਬੇਸਕ ਬਹੁਤ ਵੱਡੇ ਪੱਧਰ ਦੇ ਉੱਤੇ ਔਰ ਜੀਰੇ ਵਾਲਾ ਮਾਮਲਾ ਅਜੇ ਤੱਕ ਹੱਲ ਨਹੀਂ ਕੀਤਾ 9 ਤਰੀਕ ਨੂੰ ਦੁਬਾਰਾ ਜੀਰੇ ਵਾਲੀ ਕਮੇਟੀ ਪ੍ਰੈਸ ਕਾਨਫਰੰਸ ਕਰ ਰਹੀ ਹੈ ਧਰਨਾ ਕੰਟੀਨਿਊ ਹੈ ਅਜੇ ਤੱਕ ਤੁਸੀਂ ਕੋਈ ਫੈਸਲਾ ਨਹੀਂ ਉਸ ਸਾਰੇ ਮਾਮਲੇ ਦਾ ਦਿੱਤਾ ਕਿ ਕਰਨਾ ਕੀ ਹੈ ਇਹੋ ਜਿਹੜੇ ਬਾਕੀ ਦੇ ਮੁੱਦੇ ਨੇ ਅਗਲਾ ਜਿਹੜਾ ਮੰਡੇ ਆਊਗਾ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਹਨਾਂ ਦੀ ਅਗਲੇ ਮੰਡੇ ਇਹ ਸਾਰਾ ਜਿਹੜਾ ਤੁਸੀਂ ਮਤਲਬ ਲੈਕਚਰਬਾਜੀ ਲੱਛੇਦਾਰ ਜਿਹੜੀ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਸੀਰੀਅਸ ਹੋਣ ਦੀ ਲੋੜ ਹੈ ਤੁਸੀਂ ਪੰਜਾਬ ਦੇਸ਼ ਦੇ ਲੀਡਰ ਬਣਨਾ ਚਾਹੁੰਦੇ ਹੋ ਤੁਸੀਂ ਅਲਟਰਨੇਟਿਵ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦੇ ਹੋ ਜੇ ਅਲਟਰਨੇਟਿਵ ਪ੍ਰਾਈਮ ਮਿਨਿਸਟਰ ਮੋਦੀ ਵਾਂਗ ਹੀ ਬਣਨਾ ਹੈ ਫਿਰ ਕੋਈ ਫਾਇਦਾ ਨਹੀਂ ਹੋਊਗਾ ਕੋਈ ਬੜਾ ਫਾਇਦਾ ਮਤਲਬ ਲੋਕਾਂ ਨੂੰ ਤਾਂ ਕੁਝ ਨਹੀਂ ਮਿਲੇਗਾ ਹੋ ਸਕਦਾ ਕੋਈ ਚੋਣ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਂ
50,000 रुपए बारे कल चिट्ठी देनी है ना जी, वो कहते मुख्यमंत्री साहब भी मैं दे रहा जवाब गवर्नर नूं कि असी 50,000 का जिहड़ा करजा लिया कित्थे कित्थे वरत्या, दसांगे असी कि किन्ना असी ब्याज मोड़िया, कित्थे कित्थे असी पैसे दित्ते ने। प्रोफेसर जगरूप सिंह जी कुछ कहना तो नहीं इत्थे सिखो साहब? पंजाब किहदे कोल कित्थों रिप्रेजेंट हो सकदा सीगा? खेतीबाड़ी सीगी, वड्डी दलित भाईचारा सीगा साडा, जिहड़ा होर वड्डे मसले सीगे पर कितने ना तो झंडे के नहीं है। मैं लगता भी बहुत गल्लां सुन लिया, बहुत हो गई। जिस दिन इन्होंने पंचायतां तोड़ियां मैनू यह लगा कि शायद ये संविधान नहीं पढ़िया, इन्होंने शायद इन्होंने कॉन्स्टिट्यूशन जी 73rd अमेंडमेंट हैगी बारे जानकारी नहीं। चलो इन्हों जानकारी तो नहीं हैगी, थल्यों किदा इन्हों की जी ब्यूरोक्रेटिक सिस्टम स्ट्रक्चर किस तरीके इन्होंने मैनेज कर लिया, पर अल्टीमेटली किड्डा वड्डा फियासको निकलिया। हुण इन्हां दी जिहड़ी खास करके क्रेडिबिलिटी की गल नहीं करता, जिहड़ा इन्हां दे लोकां दा विश्वास सीगा उहदे उत्ते जिहड़ा जिहड़ा हैगा हुण किंतु परंतु शुरू हो गया। इह भाई इह राम रौला बहुता लम्मा समां नहीं चलना, तुसीं काम करके दिखाओ। और जिस तरीके दा इह काम कर रहा जिद्दां दस्सिया, हर गल च क्रांति दा मतलब की हुंदा वा, इहनां नूं इह तां पता लग जावे वी क्रांति एड्डा सेक्रेड शब्द हैगा वा, इन्ना महान शब्द हैगा जिहदे नाल लोकां दा जीवन पद्धर जां लोकां दी जिहड़ी हैगी सारी समाजिक व्यवस्था जिहड़ी सीगी उह चेंज हुंदी आ। हर गल च क्रांति लैके आओ, इह शायद हो सकदा साडा अनफॉर्चुनेट होवे कि असीं उस चीज़ नूं क्रांति समझ लैंदे आ कि जे पीली पग बन ली उह क्रांति हो गई, समला साडे उह क्रांति हो गई, भारत माता दी जय दा नारा ला तां उह क्रांति हो गया। जी इह काफ़ी अहम सवाल ने जिन्हां ते डिबेट लई शायद बहुते मन च हुण बचे नहीं कि किने करनी आ। यूनिवर्सिटियां तां वैसे ही ग्रांट लई हर दिन ठूठा फड़ के खड़ियां ने, और बाकी जिहड़े मंच ने उह वी किसे ना किसे पासे उलार होए होए आ। ये काफ़ी संकटमई स्थिति का सामना है, ता ही तो फिर पंजाब लई जदों कोई मामला अड़दा है तो पंजाबियां दे अंदर जिहड़ी उह चर्चा वाली परंपरा उह वी खत्म हो रही है। कनेडा इंडिया रिलेशनस दे विच जिवें पंजाबी सफर कर रहे ने, वीजियां दी समस्या, हुणे कुछ परिवार ऐसे सरदार हमीर सिंह जी जिन्हां ने जिन्हां दे बच्चे जिन्हां नूं हुणे हुणे ही उत्थों दी सिटीजनशिप मिली, जिन्हां सरेंडर कीते पासपोर्ट, परिवारां च विआह ने, बच्चों कोल हुण कोई रस्ता नहीं बचिया, वो अपना इधर का पासपोर्ट सरेंडर कर चुके आ, OCI जां बाकी ऑप्शन नहीं है उन्हां कोले, सो स्ट्रक हो गए, फस गए बहुत सारे लोग। सो उदों पंजाब दे विचों कोई आवाज़ नहीं, कोई परस्यू करे प्रधानमंत्री कोलों कि इहो जे खास खास मौकियां ते लोकां नूं कोई राहत दे दिओ, जरूरी तो नहीं कि लीक मार के असीं। सो कई बीमार होणगे, कईआं ने ऑपरेशन प्लैन कीते होणगे, सो उस स्टेट दे विचों तर्जमान जमात उह माइनस है। मैनूं तां लग्गिया सी सुखबीर बादल ये मौके नूं सांभदे, उह इक वफद लैके चले जांदे, जाखड़ साहब कोई इनिशिएट करदे, पर मैनूं लगदा नहीं, लोकां दे सरोकार इहनां लई इन्ने अहम नहीं। प्रोफेसर सिखो साहब, असीं राहुल गांधी दी गेड़ी नूं किन्ना शब्दां नाल देखिए, मैनूं लगदा इहदे ते मेरे सवाल बहुते नहीं, इहनूं खुले संवाद दे रूप च किवें समझीए कि अचनचेत एक नैशनल लैवल दा लीडर आण के दरबार साहब दे विच निजी गेड़ी दे नजरिए तो, और पिछे एक पुरानी इतिहास पिया, एक हिस्ट्री पई इस परिवार दा, इस स्थान नाल, सिखां नाल, इहनूं किवें लईए, इहनूं अकैरे रूप च लईए जां इहदे कोई वड्डे अर्थ भी ने जी? मैनूं लगदा है कि इह ठीक आ, अब कहा जांदा निजी विजिट हैगी है, पर निजी विजिट तों बहुत कुछ अगले पासे आला। दरबार साहब एक आस्था का केंद्र हैगा सारिआं लई, कि जिहदे विच उहनां नूं लगदा कि इत्थे आण के एक यह हैगा कि मन की शांति भी मिलती आ, ये भी हैगा कि जिस किस्म की वो पवित्र जगह हैगी आ उत्थे जे उन्हां दी कोई मन्नत होवे ते वह भी पूरी होंदी आ। बाकी जिहड़ी तुसीं गल कीती, मैनूं लगदा ये सवाल हुण बहुत पिछे रह गया कि जिहड़ा 84 दे विच जो कुछ होया पंजाब ने भुगतिया, उहदे विचों उहदे विच बाद दे विच कांग्रेस पार्टी ने भुगतिया, और राहुल गांधी दे परिवार ने भी परसनल तौर पर उहदा जिहड़ा सी खमियाजा कह लो तुसीं जो कुछ भी उहदा भुगतिया। उस तों बाद तुसीं देखो कि दिल्ली दे विच जां पंजाब दे विच जिहड़ा राजनीतिक तौर दे उत्ते कांग्रेस वड्डी धिर दे तौर पर इमर्ज हुंदी रही, और इस करके जे इहनूं आपां उह आस्पैक्ट लईए कि इहदे नाल कोई खास इह गल आउंदी आ, बार बार उठाया जांदा मुद्दा, पर मैनूं नहीं लगदा कि लोकां दे मनां दे उत्ते जां जदों वोटां वेले जां पोलीटिकल चॉइस वेले उह मुद्दा बहुत जिहड़ा हैगा वा उह डोमीनेट करदा। इह गल ठीक हैगा कि उस समें दे विच जिहड़े वी इफैक्ट होए परसनल लैवल ते, चाहे वह सरकारी अतवाद तो हो या चाहे वह गैर सरकारी अतवाद तो हो या, उन्होंने मन के यादा जड़िया है वो ताज़ा है। पर नाल सानूं ये भी देखना पेगा भी 84 के एडिया दो बड़िया घटनावां हुई,
ਪਰ ਉਦੋਂ ਇਮੀਡੀਏਟ ਬਾਅਦ ਜਿਹੜਾ ਹੈਗਾ ਸੀ ਪੰਜਾਬ ਦੇ ਨਾਲ ਅਕੋਰਡ ਹੁੰਦਾ, ਸੰਤ ਲੌਂਗੋਵਾਲ ਹੁੰਦੇ ਸੀਗੇ। ਉਸ ਤੋਂ ਬਾਅਦ ਪੰਜਾਬ 'ਚ ਚੋਣਾਂ ਹੁੰਦੀਆਂ, ਔਰ ਚੋਣਾਂ 85 ਦੀਆਂ ਚੋਣਾਂ ਦੇਖਿਆ ਜਾਵੇ ਕਿ ਮੇਰੇ ਹਿਸਾਬ ਨਾਲ ਰਿਲੇਟਿਡ ਬਹੁਤ ਪੀਸਫੁਲ ਚੋਣਾਂ ਸੀ ਉਹਦੇ ਵਿੱਚੋਂ, ਕਿ ਲੋਕ ਨੋਰਮਲ ਲਾਈਫ ਦੇ ਵਿੱਚ ਆਉਣਾ ਚਾਹੁੰਦੇ ਸੀ। ਠੀਕ ਆ, ਪੋਲੀਟੀਕਲ ਲੈਵਲ ਦੇ ਉੱਤੇ ਜਾਂ ਦੂਸਰੇ ਲੈਵਲ 'ਤੇ ਉਹ ਮੁੱਦਾ ਬਣਿਆ ਰਹਿੰਦਾ, ਪਰ ਮੁੱਦੇ ਦੀ ਰਾਜਨੀਤਿਕ ਸਾਰਥਕਤਾ ਮੇਰੇ ਖਿਆਲ ਆ ਵੀ ਉਸ ਕਿਸਮ ਦੀ ਨਹੀਂ ਹੈਗੀ ਜਿਸ ਕਿਸਮ ਦਾ ਖੈਰ ਤੁਹਾਡਾ ਉਹਦੇ ਪ੍ਰਤੀ ਜਿਹੜਾ ਹੈਗਾ ਇਸ਼ਾਰਾ ਹੋਵੇ। ਤੋ ਇਸ ਕਰਕੇ ਰਾਹੁਲ ਗਾਂਧੀ ਇਸ ਵੇਲੇ ਐਮਰਜ ਹੋ ਰਿਹਾ। ਰਾਹੁਲ ਗਾਂਧੀ ਖਾਸ ਕਰਕੇ ਜਿਸ ਕਿਸਮ ਦਾ ਇੰਡੀਆ ਜਿਹੜਾ ਅਲਾਇੰਸ ਹੈਗਾ ਵਾ ਉਹਨੂੰ ਅਕਸੈਪਟੈਂਸ ਮਿਲ ਰਹੀ ਆ, ਜਾਂ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਣਾ ਕਿ ਰੀਸੈਂਟਲੀ ਉਹਨਾਂ ਨੇ ਕੁਛ ਸਟੈਂਡ ਲਏ ਆ, ਖਾਸ ਕਰਕੇ ਜਿਹੜੀ OBC ਜਾਂ ਜਾਤਾਂ ਦੇ ਆਧਾਰ 'ਤੇ ਜਿਹੜੀ ਗਿਣਤੀ ਆ, ਜਾਂ ਜੋ ਅੱਜ ਉਹਨਾਂ ਨੇ ਜਿਸ ਕਿਸਮ ਦਾ ਰਿਸਪੋਂਸ ਜਿਹੜਾ ਹੈਗਾ ਉੱਥੇ ਆਪਣਾ ਬਿਹਾਰ ਦੇ ਵਿੱਚ ਮਿਲਿਆ ਹੈ। ਤੇ ਮੈਨੂੰ ਲੱਗਦਾ ਹੈ ਕਿ ਇਹ ਠੀਕ ਆ, ਇੱਕ ਸਿੰਬੋਲਿਕ ਤੌਰ 'ਤੇ ਹੋ ਸਕਦੀ ਆ, ਜਾਂ ਇੱਕ ਜਿਹੜਾ ਹੈਗਾ ਇਹ ਠੀਕ ਆ ਕਿ ਉਹਨਾਂ ਨੇ ਇਹ ਜਿਹੜਾ ਇਹ ਗੱਲ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਗੱਲ ਆਮ ਤੌਰ 'ਤੇ ਸਾਰਿਆਂ ਦੇ ਮਨਾਂ ਦੇ ਵਿੱਚ, ਰਾਜਨੀਤੀਵਾਨਾਂ ਦੇ ਵਿੱਚ ਅਤੇ ਆਮ ਸਧਾਰਨ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੈਗੀ ਆ ਇਹ ਪੈਠ ਕਰ ਚੁੱਕੀ ਆ ਕਿ ਜੇ ਤੁਸੀਂ ਜਿਹੜੀ ਖਾਸ ਕਰਕੇ ਕਮਿਊਨਿਟੀ ਬਾਰੇ ਜਾਂ ਇਸ ਜਿਹੜੀ ਸਿੱਖ ਕਮਿਊਨਿਟੀ ਹੈਗੀ ਆ ਕਿ ਇਹ ਜਿੰਨਾ ਚਿਰ ਤੁਹਾਡੇ ਨਾਲ ਆਉਂਦੀ ਆ ਉਹਦੇ ਨਾਲ ਤੁਹਾਨੂੰ ਬਹੁਤ ਤਕੜੀ ਸਟਰੈਂਥ ਮਿਲਦੀ ਆ। ਔਰ ਹੋ ਸਕਦਾ ਜਿਹੜਾ ਇਹਨਾਂ ਦਾ ਇਹ ਇੱਥੇ ਆਉਣਾ ਸੀਗਾ, ਔਰ ਖਾਸ ਕਰਕੇ ਕਿਉਂਕਿ ਹੁਣ ਮੁੱਦਾ ਉਠਾਇਆ ਜਾ ਰਿਹਾ ਸੀ, ਇਲੈਕਸ਼ਨਸ ਆ ਰਹੀ ਆ, ਅਤੇ ਉਹਦੇ ਨਾਲ ਜਿਹੜਾ ਹੈਗਾ ਉਹ ਇਮੇਜ ਦੇਣ ਨੂੰ ਜਿਹੜਾ ਹੈਗਾ ਇੱਕ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਉਹ ਦਰਬਾਰ ਸਾਹਿਬ ਤੋਂ ਆਏ ਆ। ਇਹ ਉਹਨਾਂ ਦੀ ਨਿੱਜੀ ਜਿਹੜੀ ਹੈਗੀ ਸੀਗੀ ਆਪਣੀ ਫੇਰੀ ਸੀਗੀ, ਔਰ ਨਿੱਜੀ ਫੇਰੀ ਤੋਂ ਜਾ ਕੇ ਮੁੜ ਕੇ ਜਿਹੜਾ ਹੈਗਾ ਕਿ ਉਹ ਇੱਕ ਕਿਸਮ ਦਾ ਉਹਨਾਂ ਨੂੰ ਬਿਗਨਿੰਗ ਉਹ ਕਰ ਸਕਦੇ ਆ ਵੀ ਨਵੀਂ ਜਿਹੜੀ ਸ਼ੁਰੂਆਤ ਕਰਨੀ ਆ 24 ਵਾਲੀ ਜਿਹੜੀ ਹੈਗੀ ਉਹਦੇ ਵਿੱਚ ਹੋਊਗੀ। ਬਾਕੀ ਇਸ ਗੱਲ ਦੇ ਉੱਤੇ ਕਿ 84 ਦੇ ਵਿੱਚ ਕਾਂਗਰਸ ਨੇ ਬਹੁਤ ਕੁਛ ਕੀਤਾ ਜਾਂ ਦਿੱਲੀ ਦੇ ਵਿੱਚ ਸਿੱਖਾਂ ਨੇ ਬਹੁਤ ਭੁਗਤਿਆ, ਉਹਦਾ ਖਾਸ ਕਰਕੇ ਜਿਹੜਾ ਜਨ ਸਧਾਰਨ ਆ ਮੈਜੋਰਟੀ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਕਾਂਗਰਸ ਦੇ ਪ੍ਰਤੀ ਚੋਇਸ ਦੇ ਉੱਤੇ ਕੋਈ ਬਹੁਤ ਜ਼ਿਆਦਾ ਨੈਗੇਟਿਵ ਅਸਰ ਜਿਹੜਾ ਉਹ ਨਾ ਤਾਂ ਪਹਿਲੇ ਸਮੇਂ ਤੋਂ ਪੈ ਹੀ ਰਿਹਾ ਹੈ, ਨਾ ਅੱਗੇ ਜਿਹੜਾ ਹੈਗਾ ਪੈਣ ਦੀ ਸੰਭਾਵਨਾ, ਕਿਉਂਕਿ ਲੋਕ ਅਗਾਂਹ ਵਧਣਾ ਚਾਹੁੰਦੇ ਆ। ਨਵੀਂ ਪੀੜ੍ਹੀ ਜਿਹੜੀ ਹੈਗੀ ਆ ਉਹ ਮੁੱਦੇ ਹੈਗੇ ਆ, ਮੈਂ ਨਹੀਂ ਕਹਿੰਦਾ ਵੀ ਮੁੱਦੇ ਨਹੀਂ ਹੈਗੇ, ਪਰ ਨਵੀਂ ਪੀੜ੍ਹੀ ਜਿਹੜੀ ਹੈਗੀ ਉਹਨਾਂ ਨੂੰ ਛੱਡ ਕੇ ਪਿੱਛੇ ਜਿਹੜਾ ਹੈ ਹੋਰ ਅਗਲੇ ਪਾਸੇ ਵੱਲ ਵਧਣਾ ਚਾਹੁੰਦੀ ਆ। ਹੋ ਸਕਦਾ ਇਸ ਕੰਟੈਕਸਟ ਦੇ ਵਿੱਚੋਂ ਉਹਨਾਂ ਨੇ ਆਪਣੀ ਇਹ ਨਵੀਂ ਬਿਗਨਿੰਗ ਸ਼ੁਰੂ ਕਰਨ ਵਾਸਤੇ ਇੱਥੋਂ ਦਰਬਾਰ ਸਾਹਿਬ ਆ ਕੇ ਔਰ ਨਿੱਜੀ ਆਪਣੀ ਯਾਤਰਾ ਕਹਿ ਕੇ ਆਪਣੇ ਜਿਹੜਾ ਅਗਲਾ ਸਫ਼ਰ ਜਿਹੜਾ ਹੈਗਾ ਰਾਜਨੀਤਿਕ ਉਹਨੂੰ ਸ਼ੁਰੂ ਕਰਨ ਦੀ ਜਿਹੜੀ ਹੈਗੀ ਉਹ ਗੱਲ ਕੀਤੀ ਹੋਵੇ। ਸੁਦਾਮੀ ਸਿੰਘ ਜੀ, ਤੁਸੀਂ ਕਿਵੇਂ ਸਮਝ ਰਹੇ ਹੋ ਸਾਰਾ ਰਾਹੁਲ ਗਾਂਧੀ ਦਾ ਇਹ ਜਿਹੜਾ ਵਿਜ਼ਿਟ ਹੈ? ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਨਿੱਜੀ ਅਤੇ ਪੋਲੀਟੀਕਲ ਦੋਨੋਂ ਚੀਜ਼ਾਂ ਹੁੰਦੀਆਂ ਨੇ। ਸ਼ਾਇਦ ਇਹ ਗੱਲਾਂ ਕਈ ਕਿਤਾਬਾਂ 'ਚ ਰੈਫਰੈਂਸ ਟਾਈਪ ਦੀਆਂ ਆਈਆਂ ਨੇ, ਚਾਹੇ ਉਹ ਪ੍ਰਣਾਮ ਮੁਖਰਜੀ ਦੀ ਕਿਤਾਬ ਹੈ, ਚਾਹੇ ਡਿਫਰੈਂਟ ਹੋਰਾਂ ਨੇ ਵੀ ਲਿਖੀਆਂ, ਜਿਹੜੇ ਇੰਦਰਾ ਗਾਂਧੀ ਨੂੰ ਵੀ ਜਾਣਦੇ ਸੀ ਅਤੇ ਉਦੋਂ ਬਾਅਦ ਅਗਲੇ ਸੋਨੀਆ ਗਾਂਧੀ ਦੇ ਵੀ ਨੇੜੇ ਰਹੇ ਅਤੇ ਬਾਕੀ ਦੇ ਮਾਮਲੇ ਦੇ ਵਿੱਚ ਵੀ। ਉਹ ਕਹਿੰਦੇ ਨੇ ਫੈਮਿਲੀ ਦੇ ਦਿਮਾਗ ਦੇ ਵਿੱਚ ਵੀ ਇੱਕ ਗੱਲ ਹੈ ਕਿ ਇੱਕ ਕਮਿਊਨਿਟੀ ਨਾਲ ਜਿਹੜੀ ਕੰਟਰਾਡਿਕਸ਼ਨ ਪਾ ਲਈ ਹੈ, ਅਤੇ ਇਹ ਚੰਗੀ ਨੇ ਇਹਨੂੰ ਜਿੰਨਾ ਜ਼ਿਆਦਾ ਪੈਸੀਫਾਈ ਕੀਤਾ ਜਾਵੇ, ਜਿੰਨਾ ਜ਼ਿਆਦਾ ਰਿਮੂਵ ਕੀਤਾ ਜਾਵੇ ਚੰਗੀ ਗੱਲ ਹੈ ਕੰਪੈਰੇਟਿਵਲੀ ਉਸ ਪੱਧਰ ਦੇ ਉੱਤੇ ਇੱਕ ਆਉਣ ਦਾ ਬਾਰ ਬਾਰ ਜਿਹੜਾ ਸਿਸਟਮ ਹੈ। ਔਰ ਦੂਜੀ ਗੱਲ ਮੈਨੂੰ ਲੱਗਦਾ ਇਹ ਵੀ ਹੈ ਕਿ ਰਾਹੁਲ ਗਾਂਧੀ ਇਹ ਮੈਸੇਜ ਵੀ ਦੇਣਾ ਚਾਹੁੰਦਾ, ਖਾਸ ਤੌਰ 'ਤੇ ਚਾਹੁੰਦੇ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ, ਭਾਰਤ ਜੋੜੋ ਯਾਤਰਾ ਤੋਂ ਬਾਅਦ ਜੋ ਉਹਦਾ ਇਮੇਜ ਡਿਵੈਲਪ ਹੋਇਆ ਓਵਰਆਲ ਕੰਪੈਰੇਟਿਵਲੀ। ਪਹਿਲਾਂ ਜਿਹੜਾ ਇੱਕ ਚਲਾਇਆ ਸੀ ਨਾ ਜੀ ਬਾਬਾ ਪੱਪੂ ਹੈ ਜਾਂ ਫਲਾਨਾ ਹੈ ਜਾਂ ਉਹਨੂੰ ਸੀਰੀਅਸਲੀ ਨਾ ਲਿਆ ਜਾਏ ਜਾਂ ਬਾਕੀ ਦਾ, ਉਹ ਜਿਹੜਾ ਨੈਰੇਟਿਵ ਟੁੱਟ ਗਿਆ ਇੱਕ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਕਿ ਇਸ ਲੈਵਲ ਦੀ ਗੱਲ ਹੈ। ਹੁਣ ਮੈਨੂੰ ਲੱਗਦਾ ਕਿ ਇਹ ਪੋਲੀਟੀਕਲ ਲੋੜ ਵੀ ਹੈ ਸਾਰਿਆਂ ਦੀ ਕਿ ਜੇ BJP ਦੇ ਐਕਸ਼ਨ ਦੇ ਨਾਲ, ਖਾਸ ਤੌਰ 'ਤੇ ਹੁਣ ਇਸੇ ਮਾਮਲੇ ਦੇ ਵਿੱਚ ਜੇ ਟਰੂਡੋ ਨੇ ਜੋ ਗੱਲ ਕੀਤੀ ਹੈ ਜਿਹਦੇ ਨਾਲ ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਮੇਜ ਗਲੋਬਲੀ ਡੈਮੇਜ ਹੋਇਆ ਇੱਕ ਲੈਵਲ ਦਾ, ਜੋ ਮਰਜ਼ੀ ਅਸੀਂ ਕਹੀ ਜਾਈਏ, ਸਾਡਾ ਮੀਡੀਆ ਜੋ ਮਰਜ਼ੀ ਕਹੀ ਜਾਵੇ, ਉਹ ਹਾਲਤ ਉਹ ਗੱਲ ਠੀਕ ਹੈ ਨਹੀਂ ਹੈ ਇਹ ਤੱਥ ਤੋਂ ਬਾਅਦ ਦੀ ਗੱਲ ਹੋਏਗੀ। ਪਰ ਜਿਸ ਢੰਗ ਨਾਲ ਉਹ 5 Eyes ਨੇ ਇਕੱਠਾ ਕਰਕੇ ਜਿਹੜਾ ਇੱਕ ਸਿਸਟਮ ਚਲਾਇਆ ਡਿਸਕੋਰਸ, ਔਰ ਨੈਸ਼ਨਲ ਜਿਹੜਾ ਇੰਟਰਨੈਸ਼ਨਲ ਮੀਡੀਆ ਖਾਸ ਤੌਰ 'ਤੇ, ਉਹ ਟਾਈਮ ਹੈ, ਉਹ ਇਕਨੋਮਿਸਟ ਹੈ, ਉਹ ਨਿਊਯਾਰਕ ਟਾਈਮਜ਼ ਹੈ, ਵਾਸ਼ਿੰਗਟਨ ਪੋਸਟ ਹੈ, ਜੋ ਡੇਲੀ ਉਹਨਾਂ 'ਤੇ ਲਿਖ ਰਹੇ ਨੇ ਜਾਂ ਕਰ ਰਹੇ ਨੇ ਉਸ ਪੱਧਰ ਦੇ ਉੱਤੇ, ਉਹਨੂੰ ਹਿੰਦੂ ਤਵੀ ਮਤਲਬ ਗੌਰਮੈਂਟ ਹੀ ਕਹਿ ਰਹੇ ਨੇ, ਅਤੇ ਲਗਭਗ ਹਿੰਦੂ ਹਿਰਦੇ ਸਮਰਾਟ ਦੀ ਤਰ੍ਹਾਂ ਜਿਵੇਂ ਕਹਿੰਦੇ ਨੇ ਨਾ, ਐਵੇਂ ਸੰਬੋਧਨ ਕਰ ਰਹੇ ਨੇ ਪ੍ਰਧਾਨ ਮੰਤਰੀ ਨੂੰ ਅਲੱਗ ਤਰ੍ਹਾਂ ਦਾ। ਤਾਂ ਜੇ ਇੰਡੀਆ ਅਲਾਇੰਸ ਨੇ ਆਪਣਾ ਸਲੋਗਨ ਦੇਣਾ ਬੈਟਰ ਉਹਦੇ ਅਲਟਰਨੇਟਿਵ, ਤਾਂ ਇੰਡੀਆ ਅਲਾਇੰਸ ਨੂੰ ਉਸ ਡਾਇਵਰਸਿਟੀ ਦੇ ਨਾਲ ਦਿਖਣਾ ਵੀ ਪਏਗਾ ਅਲੱਗ ਅਲੱਗ ਤਰੀਕੇ ਦੇ ਨਾਲ ਵੱਖ ਵੱਖ ਮਾਮਲਿਆਂ 'ਚ। ਹਾਲਾਂਕਿ ਉਹ ਜੈਸਚਰ ਹੋ ਸਕਦਾ, ਮੈਨੂੰ ਨਹੀਂ ਲੱਗਦਾ ਪਤਾ ਕਿ ਸਟ੍ਰੈਟਜੀ ਦਾ ਵੀ ਹਿੱਸਾ ਜਾਂ ਨਹੀਂ, ਤੁਹਾਨੂੰ ਮੁਸਲਿਮ ਜਨਾਲ ਤੁਹਾਨੂੰ ਹਿੱਸਾ ਜਾਂ ਰਾਹੁਲ ਗਾਂਧੀ, ਤੁਸੀਂ ਦੇਖੋ ਮਣੀਪੁਰ ਵੀ ਗਏ ਜਦੋਂ ਪ੍ਰਾਈਮ ਮਿਨਿਸਟਰ ਨਹੀਂ ਗਏ, ਜੇ ਬਾਕੀ ਦੀਆਂ ਚੀਜ਼ਾਂ ਜਿਹੜਾ ਉੱਥੇ ਜਾਣਾ, ਜਾ ਕੇ ਗੱਲ ਕਰਨਾ ਕਿ ਉਹਨਾਂ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਜਾਂ ਵੱਖ ਵੱਖ ਥਾਵਾਂ 'ਤੇ ਜਿਹੜੇ ਜਾ ਰਹੇ ਨੇ
और वह जड़िया सारिया चीजा ने उसके पिछे ये मकसद सर्व होंगे एक लैवल का किसी ना किसी रूप से। दूजी गल जो पंजाब आते ने जो इतने आए तो अकाली दल का सलोक अज हरसिमरत कौर बादल ने स्टेटमेंट दी है। हरसिमरत कौर बादल ने स्टेटमेंट दी है कि राहुल गांधी आए ने ठीक है दरबार साहब आन सब लझ है पर उन्होंने अपनी दादी की कार्रवाई तो याद रहू मतलब उही टॉन्च जी एक करने वाली गल तो सामने एक आँदी है क्योंकि वह सारे इशू योजे उसका क्लोजर नहीं होया प्रॉब्लम तो स्टैंड कर दया ने अजे भी पंजाब के फैडरलिज्म के स्ट्रक्चर चो आनंदपुर साहब का मता फैडरलिज्म का क्वेश्चन है अजे करता है चंडीगढ़ का मसला है साढ़े को पंजाबी बोलते इलाके प्राणियों के मामले ये अजे क्लोजर नहीं इन्हों सारे का होया इन्हों के बहाने ये चीज भावें जिमें प्रोफेसर साहब ने कहा कि खालिस्तान ना तो मजोरिटी किसी बहुते लोगों का मुद्दा है पंजाब दे विच किसी भी रूप दे विच उस पद्धर का पर एक नैरेटिव है गवर्नमेंट ऑफ इंडिया तो लैके जो सिरजना चाहते हैं भी आप इस पास वाल जाना है तो नैरेटिव डोमीनेट करा जाते हैं जरूर इस सारे मामले के ओवरऑल जिहड़ी पोलिटिकल पिक्चर जो आपस के गल्लां बातें उस पद्धर के उत्ते होंदियां ने और इस करके ये दो गल्लां जिहड़ियां दिखाई दे रही ने क्योंकि एक तो बीजेपी है तो एक कांग्रेस है। बीजेपी के बारे भी चाहे अडवाणी साहब की किताब है वो बार बार लिखते हैं कि दरबार साहब से हमला भी ये देरी नाल कीता गया फैसला से साडे प्रेसलेट होया नहीं तो करते नहीं नहीं बाकी भी चीज़ा से इट मीन वो चीज़ा भी वो आदियां ने सारिया कट्ठे होकर तो अल्टरनेटिव तो कोई होर दिखाई नहीं दिता जिदे करके लोग बीजे पंजाबी बंदे खास तौर पर कम्यूनिटी क्यों कांग्रेस नाल माड़ी मोटी कंपैरेटिवली चली जाती है तो वह तो चली जाती क्योंकि बीजेपी भी वो पसंद नहीं करती वो विचारक तौर पर उदू उल्ट खड़ी है ज्यादा कांग्रेस उन्ना पहला 87 तो पहला विचारक तौर पर उन्ना उल्ट नहीं सी समझती उस लैवल से बीजेपी को तो समझा जा रहा है किसी ना किसी रूप च चाहे अकालिया ने जनसंघ नाल भी मिलकर सरकार बनाई पंजाब चाहे बाकी भी हुई पर विचारक बेसिक मुद्दों से डिफरेंस दिखाई दिता रहा लगातार दो धड़े दिखाई देंदे रहे कि अलग अलग खड़े ने यह बंदे किसी ना किसी रूप के हूँ मेरा ख्याल है पंजाब के जोड़ा एक गल है ये गल बिल्कुल वाजिब है कि सिख मिनोरिटी का गिणती चाहे थोड़ी है वोटा चाहे थोड़िया ने जो ग्लोबल इंप्रैशन है ग्लोबल असर है वह जेड़े भी धिर खड़ेगी उन्होंने सपोर्टिव नजर आऊगी वह सारे कितने ग्लोबल जो नैरेटिव सिरजन की जो इंपैक्ट क्रिएट करने की कपैसिटी है समर्थ है जी है वर्ल्ड चाहे हम कनेडा चुके जाते हो भी मैंबर पार्लीमेंट हो जाते हैं सरकार एक उस पार्टी की सहायता नाल चल रही है जिदा मतलब प्रधान जिहड़ा है वह एम पी भी है तो नाल इस कम्यूनिटी नाल जुड़िया होया दिखाई दे रहा है कनेडा दे विच भी यह हाल है इवन अमरीका यूके बाकी जगह भी थोड़ा बहुत जिस लैवल की वाइब्रेंट एक कम्यूनिटी दिखाई देती है वह भी है वह भी किसी ना किसी रूप से प्रभावित तो होंगे ही है बंदा जिहड़ा पॉलिटिशियन है जिन्हें पॉलिटिक्स करनी है। राहुल गांधी पिछले दिनों के ग्लोबल लैवल से उन्हें इंटरैक्ट काफ़ी किया भावें इतने बीजेपी ने उल्ट गल्लां कीतियां कि उत्थे जाके देश की गल कर रहे हैं देश का नाम बदनाम कर रहे हैं चाहे डिफरेंट यूनिवर्सिटियां से चाहे डिफरेंट वर्ग से दुनिया के जाके और उन्होंने पार्लीमेंटा के जाके जी गल की है तो वह समझदारी भी बनाई है एक कि जो तुम मतलब डायवर्स लोगों एवं नाल लैना तो वो प्रैक्टिस की होनी चाहिए है कलिया गलों नहीं होनी थोड़ा बहुत एक्शन च भी दिखनिया चाहिए ने चीज़ा हो सकता वो एक नॉलेज का लैवल भी किसी ना किसी रूप के उन्होंने दिमाग का हिस्सा हो हाँ परसनल तो आस्था है नहीं है ये हम उ दस सकते हैं जो आस्था चो आया हो किसी ना किसी रूप च पर बहुत ही गल पोलीटल स्ट्रैटी का हिस्सा होंगी है जेडे लीडर ना जाके गल करते हैं फिर भी नहीं हटते बोलने तो अपन गल् प्रैस कॉन्फ्रेंस करनी ये वो और जो सियाने बंदे होंगे ने जोड़े स्ट्रैटिशन जोड़े दसते हैं भी कुछ नहीं करना यह गल का पोलीटिकल इंपैक्ट ज्यादा पेगा कहना ही नहीं कुछ जाके श्रद्धालु की तरह जाना मुड़े आना है बर्तन भी साफ करने ने और यह भी बिना प्लानिंग के हिस्से तो हो नहीं सकता सगो गल आप भी करते हो भी करे लोग सारे उसका मकसद तो पूरा है ना जोड़ा गल कर आप ही अंदाजे लाने लोग एक गल तो चली गई है जी गल चली गई है तुम उत्थे जाते हो इसलिए उस बहुत गहराई वाली रणनीति का हिस्सा भी हो सकता है हल्की रणनीति चो नहीं आएगी गल यह बहुत गहराई च सोचे तो ही कोई चीज कमांड जो करता किसी का इमेज इंप्रूव करना होंगे किसी को बाकी चीजा दिखाया होंदिया ने इट मीन जहाँ दिनों लगता है कि राहुल गांधी के आले दुआले काफ़ी वो लोग कुछ लोग जरूर हो गए जेडे इमेज सुधारण से लगे ने किसी ना किसी मामले के और सुधर भी रहा है उस पैमाने के उत्ते मैनू यह लगता कि यह चीज़ा जरूर पे कर दया ने जो तुम उस पास बन जाते मतलब जो विरोध होंगे उदो चर्चा होंगी है तोड़े अपने ते तोड़े उल्ट दिशा च खड़े जो आपस में उलझते हैं विचार के नजरिए तो
ਅੱਜ ਨੈਸ਼ਨਲ ਲੈਵਲ ਤੇ ਸ਼ਾਮ ਦੀਆਂ ਬਹਿਸਾਂ ਦਾ ਹਿੱਸਾ ਇਹ ਹੋਊਗਾ ਜੇ ਸੱਤਾਧਾਰੀ ਜਿਹੜੇ ਇਨਫਲੂਐਂਸ ਕਰ ਲੈਂਦੇ ਕਈ ਵਾਰੀ ਚੀਜ਼ਾਂ ਨੂੰ ਜੇਕਰ ਉਹਨਾਂ ਨੇ ਵੀਟੋ ਨਾ ਕੀਤਾ ਵੀ ਇਹ ਮੁੱਦਾ ਛੇੜੋ ਹੀ ਨਾ ਤਾਂ ਫਿਰ ਨਹੀਂ ਤਾਂ ਇਹ ਚਰਚਾ ਹੋਊਗੀ ਜਦੋਂ ਬਹੁਤ ਜ਼ਿਆਦਾ ਆਲੋਚਨਾ ਵੀ ਹੋਊਗੀ ਤਾਂ ਵੀ ਇਹ ਚਰਚਾ ਹੋਊਗੀ ਫਿਰ ਉਹਦਾ ਜ਼ਿਆਦਾ ਅਸਰ ਦੇਖਣ 'ਚ ਆਉਂਦਾ ਫਿਰ ਕਈ ਵਾਰੀ ਉਹਦੇ ਨੈਗੇਟਿਵ ਜਿਹੜਾ ਖਿਆਲ ਆ ਉਹ ਜ਼ਿਆਦਾ ਭਾਰੀ ਤਰੀਕੇ ਨਾਲ ਉੱਭਰਦਾ ਬਹੁਤ ਮਿਹਰਬਾਨੀ ਬਹੁਤ ਵੈਸੇ ਅੱਜ ਦੇ ਇੱਕੋ ਹੀ ਗੱਲ ਮੈਂ ਕਹਿ ਰਹੀ ਅੱਜ ਦੇ ਦਿਨ ਦੇ ਟੀਵੀ ਚੈਨਲਾਂ ਤੇ ਐ ਵਿਚਕਾਰੇ ਸਕਰੀਨ ਤੇ ਲੀਕ ਮਾਰ ਕੇ ਇੱਕ ਪਾਸੇ ਰਾਹੁਲ ਗਾਂਧੀ ਤੇ ਦੂਜੇ ਪਾਸੇ ਕੇਜਰੀਵਾਲ ਚੱਲਦੇ ਰਹੇ ਨੇ ਅੱਜ ਦਿਨ ਨੂੰ ਤਾਂ ਇਹ ਪ੍ਰੋਸੈਸ ਚੱਲਿਆ ਮੈਂ ਦੇਖ ਨਹੀਂ ਸਕਿਆ ਉਹ ਲਕੀਰ ਜਿਹੜੀ ਹੈ ਨਾ ਹੁਣ ਮੇਰੇ ਖਿਆਲ ਪੰਜਾਬ ਚ ਕਹਿੰਦੇ ਵੀ ਨਹੀਂ ਲਕੀਰ ਨਹੀਂ ਹੁਣ ਇੱਕੇ ਫਰੇਮਵਰਕ ਵੀ ਆਉਣ ਦੀ ਜਿਹੜੀ ਹੈਗੀ ਕੋਸ਼ਿਸ਼ ਨਹੀਂ ਨਹੀਂ ਫਰੇਮ ਤੇ ਸੇਮ ਹੀ ਹੈ ਨਾ ਵਿੱਚ ਲੀਕ ਜਿਹੜੀ ਆ ਦੋਵੇਂ ਇੱਕ ਸਾਈਮਲਟੇਨੀਅਸਲੀ ਸੇਮ ਸਫੇ ਤੇ ਦਿਖਾ ਰਹੇ ਹਾਂ ਵੀ ਅਸੀਂ ਬਰਾਬਰ ਦੀ ਕਵਰੇਜ ਤਾਂ ਦੇ ਰਹੇ ਹਾਂ ਨਾ ਇਹ ਤਾਂ ਕਰਨਾ ਹੀ ਪੈਂਦਾ ਵੀ ਆਇਆ ਜੀ